ਹੈਲੋ एवरीवन ਵੈਲਕਮ ਬੈਕ ਟੂ ਵਾਂਸ ਅਗੇਨ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਸੀਟਐਟ 2021 ਜਨਵਰੀ ਚ ਜਿਹੜਾ ਐਗਜ਼ਾਮ ਹੋਇਆ ਸੀ ਉਹਦੀ ਜਿਹੜੀ ਕਿ ਪੰਜਾਬੀ ਡਿਸਕਸ ਕਰਾਂਗੇ ਤੇ ਅੱਜ ਜਿਹੜਾ ਕੀ ਆਪਣਾ ਡਿਸਕਸ ਕਰ ਰਹੇ ਹਾਂ ਉਹ ਹੈਗੇ ਆ ਜੀ ਪੇਪਰ 1 ਤੇ ਇਹਦੇ ਵਿੱਚ ਆਪਣਾ ਜਿਹੜਾ ਪੇਪਰ ਹੈਗਾ ਪੰਜਾਬੀ ਦਾ ਲੈਂਗੁਏਜ 1 ਦੇ ਵਿੱਚ ਜੇਕਰ ਤੁਸੀਂ ਪੰਜਾਬੀ ਚੁਣੀ ਹੈਗੀ ਹੈ ਤਾਂ ਉਹ ਜਿਹੜਾ ਡਿਸਕਸ ਕਰਾਂਗੇ ਤਾਂ ਇੱਕ ਵਾਰੀ ਦੁਬਾਰਾ ਫਿਰ ਇਹ ਚੀਜ਼ ਦੱਸ ਦਨੀ ਹੈ ਕਿ ਜੇਕਰ ਤੁਸੀਂ ਲੈਂਗੁਏਜ 1 ਪੰਜਾਬੀ ਚੁਣੀ ਹੈਗੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਇੱਕ ਪੈਰਾਗ੍ਰਾਫ ਤੇ ਇੱਕ ਜਿਹੜੀ ਕੀ ਹੈ ਕਵਿਤਾ ਆਵੇਗੀ ਠੀਕ ਹੈ ਜੇਕਰ ਤੁਸੀਂ ਲੈਂਗੁਏਜ 2 ਪੰਜਾਬੀ ਚੁਣੀ ਹੈਗੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਜਿਹੜੇ ਕੀ ਦੋ ਪੈਰਾਗ੍ਰਾਫ ਹੋਣਗੇ ਠੀਕ ਹੈ ਤਾਂ ਇਹ ਚੀਜ਼ ਤੁਹਾਨੂੰ ਪਤਾ ਲੱਗ ਹੀ ਗਈ ਹੋਗੀ ਕਿਉਂਕਿ ਆਲਰੇਡੀ ਇਸ ਤੋਂ ਪਹਿਲਾਂ ਜਿਹੜੀਆਂ ਕੀ ਆ ਅੱਠ ਪੇਪਰ ਆਪਾਂ ਡਿਸਕਸ ਕਰ ਚੁੱਕੇ ਹੈਗੇ ਆ ਠੀਕ ਹੈ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਜੇਕਰ ਕੋਈ ਨਿਊ ਸਟੂਡੈਂਟਸ ਪਹਿਲੀ ਵਾਰ ਵੀਡੀਓ ਵਾਚ ਕਰ ਰਹੀ ਹੈਗੇ ਆ ਤਾਂ ਉਹਦੇ ਵਿੱਚ ਜਿਹੜਾ ਕੀ ਹੈ ਕੰਪਲੀਟ ਡਿਟੇਲ ਦੇ ਨਾਲ ਸਾਰੇ ਪੇਪਰਸ ਦੇ ਬਾਰੇ ਇਨਫਰਮੇਸ਼ਨ ਦਿੱਤੀ ਗਈ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਹਨਾ ਕੁਐਸਚਨ ਅਟੈਂਪਟ ਕਰਨੇ ਹੈ ਤੇ ਪੈਡਾਗੋਜੀ ਦੇ ਕੁਐਸਚਨ ਕਿਸ ਤਰੀਕੇ ਨਾਲ ਦੇ ਆ ਤਾਂ ਅੱਜ ਦੇ ਪੇਪਰ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੀ ਇਹ ਪੈਰਾਗ੍ਰਾਫ ਹੈਗਾ ਉਸ ਤੋਂ ਬਾਅਦ ਕਵਿਤਾ ਤੇ ਉਸ ਤੋਂ ਬਾਅਦ ਜਿਹੜੇ ਕੀ ਪੈਡਾਗੋਜੀ ਦੇ ਕੁਐਸਚਨ ਹੈਗੇ ਆ ਕਿਵੇਂ ਤੁਸੀਂ ਘੱਟ ਟਾਈਮ ਦੇ ਵਿੱਚ ਜਿਹੜਾ ਕੀ ਆ ਪੇਪਰ ਨੂੰ ਸੋਲਵ ਕਰ ਸਕਦੇ ਹੋ ਠੀਕ ਹੈ ਤੇ ਕਿਵੇਂ ਤੁਸੀਂ ਕੁਐਸਚਨ ਨੂੰ ਧਿਆਨ ਵਿੱਚ ਰੱਖ ਕੇ ਜਿਹੜੀਆਂ ਕੀ ਆ ਸਹੀ ਰਾਈਟ ਆਪਸ਼ਨ ਉਹਦੇ ਵਿੱਚ ਲੱਭ ਕੇ ਟਿੱਕ ਲਗਾ ਸਕਦੇ ਹੋ ਇਹਦੇ ਬਾਰੇ ਆਪਾਂ ਫੁੱਲ ਜਿਹੜੀ ਕੀ ਆ ਡਿਸਕਸ ਕਰਾਂਗੇ ਤੇ ਜੇਕਰ ਤੁਹਾਨੂੰ ਨਹੀਂ ਸਮਝ ਆ ਰਹੀ ਕਿ ਤੁਸੀਂ ਕਿਹੜੀ ਲੈਂਗੁਏਜ ਚੁਣੀ ਆ ਤਾਂ ਉੱਥੇ ਪੇਪਰ ਦੇ ਵਿੱਚ ਦਿੱਤਾ ਹੀ ਹੋਗਾ ਭਾਸ਼ਾ 1 ਜੇਕਰ ਤੁਸੀਂ ਲੈਂਗੁਏਜ 1 ਚੁਣੀ ਆ ਤਾਂ ਤੁਸੀਂ ਭਾਸ਼ਾ 1 ਵਾਲੇ ਪੇਪਰ ਨੂੰ ਜਿਹੜਾ ਕੀ ਐ ਸੋਲਵ ਕਰੋਗੇ ਜੇਕਰ ਤੁਸੀਂ ਲੈਂਗੁਏਜ 2 ਚੁਣੀ ਆ ਪੰਜਾਬੀ ਤਾਂ ਉੱਥੇ ਲਿਖਿਆ ਹੋਊਗਾ ਭਾਸ਼ਾ 2 ਠੀਕ ਹੈ ਤਾਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਸੀਂ ਜਿਹੜਾ ਕੀ ਐ ਕੁਐਸਚਨ ਪੇਪਰ ਉੱਥੇ ਅਟੈਂਪਟ ਕਰਨੇ ਆ ਤਾਂ ਹੋਂ ਤੱਕ ਦੇ ਜਿੰਨੇ ਵੀ ਪੁਰਾਣੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਨਿਊ ਸਟੂਡੈਂਟਸ ਵੀਡੀਓ ਵਾਚ ਕਰ ਰਹੇ ਹੋ ਉਹ ਵੀ ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਦੇ ਰਿਲੇਟਡ ਤੁਹਾਨੂੰ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇ ਤਾਂ ਚਲੋ ਜੀ ਡਿਸਕਸ ਕਰਦੇ ਹੈਗੇ ਆ ਸਭ ਤੋਂ ਪਹਿਲਾ ਜਿਹੜਾ ਕੀ ਹੈ ਜੇ ਪੈਰਾਗ੍ਰਾਫ ਦਿੱਤਾ ਹੋਇਆ ਪੈਰਾਗ੍ਰਾਫ ਨੂੰ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਪੂਰਾ ਕੰਪਲੀਟ ਤੁਸੀਂ ਨਹੀਂ ਪੜਨਾ ਸਿਰਫ ਪਹਿਲਾ ਕੁਐਸਚਨ ਪੜੋ ਤੇ ਉਹਦੇ ਵਿੱਚੋਂ ਜਿਹੜਾ ਕਿ ਆਨਸਰ ਫਾਈਂਡ ਕਰਨ ਦੀ ਕੋਸ਼ਿਸ਼ ਕਰਨੀ ਆ ਸਭ ਤੋਂ ਪਹਿਲਾ ਕੁਐਸਚਨ ਜਿਹੜਾ ਹੈਗਾ ਜੀ ਆਵਾ ਗਵਨ ਵਿੱਚ ਕੌਣ ਵਿਸ਼ਵਾਸ ਕਰਦਾ ਹੈ ਫਰਸਟ ਹੈਗਾ ਮੁਸਲਮਾਨ ਸੈਕੰਡ ਹੈ ਇਸਾਈ ਥਰਡ ਹੈ ਇਸਲਾਮ ਜਾਂ ਫੋਰਥ ਹੈ ਦਰਾਵੜ ਤੇ ਇਹਦਾ ਆਪਾਂ ਰਾਈਟ ਆਨਸਰ ਦੇਖਾਂਗੇ ਇਹਦਾ ਰਾਈਟ ਆਨਸਰ ਹੈਗਾ ਜੀ ਦਰਾਵੜਾਂ ਦਾ ਵਿਸ਼ਵਾਸ ਸੀ ਕਿ ਮੌਤ ਮਗਰੋਂ ਰੂਹਾਂ ਤੇ ਪੰਛੀਆਂ ਜਾਂ ਡੰਗਰਾਂ ਵੱਲ ਚਲੀਆਂ ਜਾਂਦੀਆਂ ਹਨ ਤਾਂ ਆਵਾਗਵਨ ਜਾਂ ਕਰਮ ਦਾ ਸੰਕਲਪ ਵੀ ਰਿਗਵੇਦ ਨਾਲ ਹੀ ਮਿਲਦਾ ਹੈ ਤਾਂ ਇਹਦੇ ਵਿੱਚ ਕੀ ਦਿੱਤਾ ਗਿਆ ਕੀ ਦਾ ਵਿਸ਼ਵਾਸ ਦੱਸਿਆ ਗਿਆ ਸੀਗਾ ਕਿਉਂਕਿ ਆਵਾਗਮਨ ਵਿੱਚ ਕੋਣ ਵਿਸ਼ਵਾਸ ਕਰਦਾ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਦਰਾਵੜ ਠੀਕ ਹੈ ਕਿਉਂਕਿ ਇਹਦੇ ਵਿੱਚ ਨਾਲ ਦੀ ਨਾਲ ਨੀਚੇ ਵਾਲੀ ਲਾਈਨਸ ਦੇ ਵਿੱਚ ਹੀ ਦਿੱਤਾ ਹੋਇਆ ਹੈਗਾ ਆਨਸਰ ਠੀਕ ਹੈ ਕਈ ਵਾਰ ਪ੍ਰੋਪਰ ਉਹ ਚੀਜ਼ ਨਹੀਂ ਮਿਲਦੀ ਹੈਗੀ ਕਿ ਬਟ ਥੋੜਾ ਜਿਹਾ ਹਿੰਟ ਤੁਹਾਨੂੰ ਪੈਰਾਗ੍ਰਾਫ ਚ ਮਿਲ ਜਾਂਦਾ ਜਿਹਦੇ ਨਾਲ ਤੁਸੀਂ ਕੁਐਸਚਨ ਜਿਹੜਾ ਕਿ इजीली ਸੋਲਵ ਕਰ ਸਕਦੇ ਹੋ ਠੀਕ ਹੈ ਨੈਕਸਟ ਹੈਗਾ 92 ਪੈਰੇ ਅਨੁਸਾਰ ਦਰਾਵੜਾਂ ਦੀ ਮਹਾਨ ਦੇਵੀ ਦਾ ਦਰਜਾ ਕਿਸ ਨੂੰ ਹਾਸਲ ਹੈ ਠੀਕ ਹੈ ਫਰਸਟ ਹੈ ਕਾਲੀ ਦੇਵੀ ਨੂੰ ਸੈਕਿੰਡ ਹੈ ਵਿਸ਼ਨੂ ਨੂੰ ਥਰਡ ਹੈ ਕ੍ਰਿਸ਼ਨ ਨੂੰ ਫੋਰਥ ਹੈ ਸ਼ਿਵ ਨੂੰ ਤਾਂ ਇਹਦਾ ਵੀ ਆਪਾਂ ਰਾਈਟ ਆਨਸਰ ਜਿਹੜਾ ਹੈ ਕੀ ਲੱਭਾਂਗੇ ਕਿ ਦਰਾਵੜਾਂ ਦੀ ਮਹਾਨ ਦੇਵੀ ਦਾ ਦਰਜਾ ਕਿਨੂੰ ਹੈ ਤਾਂ ਇਹ ਰਿਹਾ ਲਾਸਟ ਦੇ ਉੱਪਰ ਹੀ ਦਿੱਤਾ ਹੋਇਆ ਕਾਲੀ ਦੇਵੀ ਦਾ ਦਰਾਵੜਾਂ ਦੀ ਮਹਾਨ ਜਿਹੜੀ ਕਿ ਆ ਮਈਆ ਸੀ ਤਾਂ ਇਸ ਦਾ ਜਿਹੜਾ ਕੀ ਹੈ ਰਾਈਟ ਆਨਸਰ ਕੀ ਬਣਿਆ ਫਿਰ ਫਸਟ ਕਾਲੀ ਦੇਵੀ ਨੂੰ ਠੀਕ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਈਜ਼ੀਲੀ ਜਿਹੜੇ ਕੀ ਹੈ ਕੁਐਸਚਨ ਸੋਲਵ ਕਰ ਸਕਦੇ ਹੋ ਨੈਕਸਟ ਕੁਐਸਚਨ ਹੈ ਦਰਕਤਾਂ ਜਾਂ ਜਾਨਵਰਾਂ ਵਿੱਚ ਕੀ ਚਲਿਆ ਜਾਂਦਾ ਹੈ ਫਰਸਟ ਹੈ ਖੂਨ ਆਤਮਾ ਆਕਸੀਜਨ ਜਾਂ ਪਾਣੀ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਕੀ ਪੜਿਆ ਸੀ ਕਿ ਦਰਾਵੜਾਂ ਦਾ ਵਿਸ਼ਵਾਸ ਸੀ ਕਿ ਮੌਤ ਮਗਰੋਂ ਰੂਹਾਂ ਪੰਛੀਆਂ ਜਾਂ ਡੰਗਰਾਂ ਵਿੱਚ ਚਲੀਆਂ ਜਾਂਦੀਆਂ ਹਨ ਤਾਂ ਇਹਦੇ ਵਿੱਚ ਆਪਾਂ ਜੇਕਰ ਇਹਦਾ ਰਾਈਟ ਆਨਸਰ ਦੇਖੀਏ ਤਾਂ ਉਹ ਹੈਗਾ ਜੀ ਸੈਕੰਡ ਆਤਮਾਵਾ ਠੀਕ ਹੈ ਤਾਂ ਇਸ ਤਰੀਕੇ ਨਾਲ ਤੁਸੀਂ 30 ਜੋ 30 ਕੁਐਸਚਨ ਜਿਹੜੇ ਕੀ ਹੈ इजीली ਇਹਦੇ ਵਿੱਚ ਵੱਧ ਤੋਂ ਵੱਧ ਨੰਬਰ ਪੰਜਾਬੀ ਚ ਲੈ ਸਕਦੇ ਹੋ ਐਡੇ ਈਜ਼ੀ ਹੁੰਦੇ ਆ ਠੀਕ ਹੈ ਤਾਂ ਧਿਆਨ ਨਾਲ ਜਰੂਰ ਇਸ ਕੁਐਸਚਨ ਨੂੰ ਸੋਲਵ ਕਰਿਓ ਨੈਕਸਟ ਹੈ ਹੇਠ ਲਿਖੇ ਵਿੱਚ ਰੁੱਖ ਦਾ ਸਮਾਨਾਰਥਿਕ ਸ਼ਬਦ ਠੀਕ ਹੈ ਸਮਾਨਾਰਥਿਕ ਸ਼ਬਦ ਕੀ ਹੋਗਾ ਫਰਸਟ ਹੈ ਕੁਖ ਦਰਿਆ ਡੰਗਰ ਜਾਂ ਦਰਖਤ ਸਮਾਨਾਰਥਿਕ ਸ਼ਬਦ ਨੋਰਮਲ ਜੀ ਗਾਲਾ ਹਰ ਇੱਕ ਨੂੰ ਪਤਾ ਹੈ ਤਾਂ ਇਹਦਾ ਰਾਈਟ ਆਨਸਰ ਹੋਊਗਾ ਦਰਖਤ ਠੀਕ ਹੈ ਕਿਉਂਕਿ ਸਮਾਨਾਰਥਿਕ ਸੇਮ ਉਹ ਜャ ਵਰਡ ਰੁੱਖਾਂ ਦਾ ਸੀਮ ਵਰਡ ਕੀ ਹੋਊਗਾ ਦਰਕਤ ਠੀਕ ਹੈ ਨੈਕਸਟ ਕੁਐਸਚਨ ਹੈ ਦਰਾਵੜਾਂ ਦੇ ਅਨੇਕ ਦੇਵਤੇ ਮੰਨੇ ਜਾਂਦੇ ਹਨ ਵਾਕ ਵਿੱਚ ਅਨੇਕ ਸ਼ਬਦ ਕਿਹੜਾ ਪੜਨਾਮ ਹੈ ਠੀਕ ਹੈ ਫਰਸਟ ਹੈ ਨਿਸ਼ੇਸ਼ਨਵਾਚਕ ਪੜਨਾਮਾ ਸੈਕੰਡ ਨਿਜਵਾਚਕ ਪੜਨਾਮਾ ਥਰਡ ਹੈ ਆ ਨਿਸ਼ਚੇਵਾਚਕ ਪੜਨਾਮਾ ਤੇ ਫੋਰਥ ਹੈ ਸਬੰਧਵਾਚਕ ਪੜਨਾਮਾ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਉਹ ਹੈਗਾ ਆ ਨਿਸ਼ਚੇਵਾਚਕ ਪੜਨਾਮਾ ਠੀਕ ਹੈ ਕਿਉਂਕਿ ਇਹਦੇ ਵਿੱਚ अनेका ਦੇ ਬਾਰੇ ਗੱਲ ਕੀਤੀ ਗਈ ਹੈ ਕੋਈ ਇਹਦੇ ਵਿੱਚ ਸੰਬੰਧਵਾਚਕ ਨਹੀਂ ਹੈ ਕੋਈ ਨਿਸ਼ੇਸ਼ਨਵਾਚਕ ਨਹੀਂ ਹੈ ਨਾ ਹੀ ਕੋਈ ਨਿੱਜੀ ਗੱਲ ਦੇ ਬਾਰੇ ਗੱਲ ਵਾਚਕ ਆਪਾਂ ਕਹਿ ਸਕਦੇ ਹਾਂ ਤੇ ਇਹਦਾ ਰਾਈਟ ਆਨਸਰ ਜਿਹੜਾ ਕਿ 3rd ਇਸ ਤਰੀਕੇ ਨਾਲ ਪੜਨਾਮ ਨਾਮ ਵਿਰੋਧੀ ਸ਼ਬਦ ਤਾਂ ਇਹੋ ਜਿਹੇ ਵੀ ਆ ਜਾਂਦੇ ਆ ਉਸ ਚੀਜ਼ ਦਾ ਵੀ ਜਿਹੜਾ ਕਿ ਧਿਆਨ ਰੱਖਿਓ ਜੇ ਠੀਕ ਹੈ ਨੈਕਸਟ ਕੁਐਸਚਨ ਹੈਗਾ ਹੇਰ ਲਿਖਿਆ ਵਿੱਚ ਸਮਾਸੀ ਸ਼ਬਦ ਕਿਹੜੇ ਹੈਗੇ ਆ ਫਸਟ ਹੈਗੇ ਆ ਰਿਆਇਤੀ ਨਾਲ ਲਿੰਗ ਯੋਨੀ 3 ਹੈ ਨਵਾਸ਼ਹਿਰ ਤੇ 4 ਹੈ ਕਾਲੀ ਦੇਵੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਸਮਾਸੀ ਸ਼ਬਦ ਮੈਂ ਪਹਿਲਾਂ ਵੀ ਤੁਹਾਨੂੰ ਕਹਿਤਾ ਜਿਵੇਂ ਆਪਾਂ ਕਹਿੰਦੇ ਆ ਵਿਆਹ ਸ਼ਾਦੀ ਠੀਕ ਹੈ ਬਿਲਕੁਲ ਸੇਮ ਜੇ ਵਰਡ ਅਲੱਗ ਜੇ ਹੋਣ ਬਟ ਆਪਸ ਵਿੱਚ ਜਿਹੜੇ ਮਿਲਦੇ ਹੋਣ ਮਤਲਬ ਉਹਨਾਂ ਦਾ ਕੋਈ ਚੀਜ਼ ਸਬੰਧ ਹੋਵੇ ਕਿਸੇ ਚੀਜ਼ ਨਾਲ ਤਾਂ ਅਸੀਂ ਇਹਦਾ ਰਾਈਟ ਆਨਸਰ ਜਿਹੜਾ ਕੀ ਹੈਗਾ ਉਹ ਹੈਗਾ ਜੀ ਲਿੰਗ ਯੁਨੀ ਠੀਕ ਹੈ ਨੈਕਸਟ ਕੁਐਸਚਨ ਦੇਖਦੇ ਆ 97 ਜੁੜਦਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਦੇਖੋ ਵਿਰੋਧੀ ਸ਼ਬਦ ਚੁਣਨਾ ਆਪਾਂ ਠੀਕ ਹੈ ਫਸਟ ਹੈ ਮਿਲਦਾ ਚਿਪਕਦਾ ਗੰਡਦਾ ਜਾਂ ਫੋਰਥ ਹੈ ਟੁੱਟਦਾ ਜੁੜਦਾ ਕੀ ਹੈ ਠੀਕ ਹੈ ਤਾਂ ਹੁਣ ਇਹਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਵੀ ਬਿਲਕੁਲ ਹੀ ਆਸਾਨੀ ਜਾਂ ਆਨਸਰ ਹੈਗਾ ਉਹ ਹੈਗਾ ਟੁੱਟਦਾ ਕਿਉਂਕਿ ਵਿਰੋਧੀ ਸ਼ਬਦ ਉਹਦੇ ਉਲਟ ਪੁੱਛਿਆ ਹਨ ਨਾ ਨੈਕਸਟ ਕੁਐਸਚਨ ਹੈਗਾ ਦਰਾਵੜੀ ਵੇਦ ਦੀਆਂ ਕਹਾਣੀਆਂ ਕਿਸ ਵਿੱਚ ਮਿਲਦੀਆਂ ਹਨ ਫਸਟ ਹੈ ਰਮਾਇਣ ਕੁਰਾਨ ਬਾਈਬਲ ਤੇ ਜਾਤ ਕਥਾਵਾਂ ਤਾਂ ਇਹਦਾ ਆਪਾਂ ਆਨਸਰ ਹੁਣ ਫਾਈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦਰਾਵੜੀ ਵੇਦ ਦੇ ਕਹਾਣੀਆਂ ਜਿਹੜੀਆਂ ਸਾਨੂੰ ਕਿੱਥੇ ਮਿਲਦੀਆਂ ਹਨ ਤਾਂ ਇਹਦੇ ਵਿੱਚ ਇਹ ਲਿਖਿਆ ਹੋਇਆ ਜੀ ਮਹਾ ਭਾਰਤ ਤੇ ਰਮਾਇਣ ਵਿੱਚ ਦਰਾਵੜੀ ਵੇਦ ਦੀਆਂ ਅਨੇਕਾ ਕਹਾਣੀਆਂ ਸ਼ਾਮਲ ਹਨ ਤਾਂ ਇਹਦਾ ਜਿਹੜਾ ਰਾਈਟ ਆਨਸਰ ਫੇ ਕੀ ਬਣਿਆ ਉਹ ਹੈਗਾ ਜੀ ਫਰਸਟ ਇਹਦਾ ਰਾਈਟ ਆਨਸਰ ਹੈਗਾ ਰਮਾਇਣ ਠੀਕ ਹੈ ਨੈਕਸਟ ਕੁਐਸਚਨ ਹੈਗਾ ਆਰਿਆ ਜਾਤੀ ਦੀਆਂ ਕਈ ਧਾਰਮਿਕ ਰਸਮਾਂ ਤੇ ਪੂਜਾ ਵਿਧੀਆਂ ਕਿਸ ਨਾਲ ਮਿਲਦੀਆਂ ਹਨ ਫਰਸਟ ਹੈ ਵਿਦੇਸ਼ੀ ਲੋਕਾਂ ਨਾਲ ਸੈਕਿੰਡ ਹੈ ਦਰਾਵੜਾ ਨਾਲ ਥਰਡ ਹੈ ਕੈਨੇਡਾ ਵਾਸੀਆਂ ਨਾਲ ਜਾਂ ਫੋਰਥ ਹੈ আফਰੀਕੀ ਲੋਕਾਂ ਨਾਲ ਤਾਂ ਇਹਦਾ ਵੀ ਆਪਾਂ ਰਾਈਟ ਆਨਸਰ ਦੇਖ ਲੈਣੇ ਕਿ ਪੂਜਾ ਵਿਧੀਆਂ ਕਿੰਨਾਂ ਨਾਲ ਮਿਲਦੀਆਂ ਹੈਗੀਆਂ ਇੱਥੇ ਦਿੱਤਾ ਹੀ ਹੋਊਗਾ ਪੈਰੇ ਦੇ ਵਿੱਚ ਤਾਂ ਇਹਦਾ ਦੇਖੋ ਆਨਸਰ ਇੱਥੇ ਆ ਆਰੀਆ ਜਾਤੀ ਦੀਆਂ अनेਕੀ ਦਾਰ ਮਿਕਰ ਅਸਮਾ ਤੇ ਪੂਜਾ ਵਿਧੀਆਂ ਮੂਲ ਦਰਾਵੜ ਜਾਤੀ ਨਾਲ ਜਿਹੜਾ ਕੀ ਆ ਜੁੜਦਾ ਤੇ ਇਹਦਾ ਆਨਸਰ ਜਿਹੜਾ ਫਿਰ ਕੀ ਬਣ ਗਿਆ ਉਹ ਹੈਗਾ ਜੀ ਸੈਕਿੰਡ ਹੀ ਦਰਾਵੜਾ ਨਾਲ ਠੀਕ ਹੈ ਤਾਂ ਇਸ ਤਰੀਕੇ ਨਾਲ ਆਪਣਾ ਪੈਰਾ ਪੂਰਾ ਜਿਹੜਾ ਕਿ ਆਪਾਂ ਕੁਐਸਚਨ ਫਾਈਂਡ ਕਰ ਲਏ ਤੇ ਈਜ਼ੀਲੀ ਜਿਹੜਾ ਤੁਹਾਡੇ ਆਨਸਰ ਬਿਲਕੁਲ ਰਾਈਟ ਜਾਣਗੇ ਠੀਕ ਹੈ ਨੈਕਸਟ ਕੁਐਸਚਨ ਅੱਗੇ ਆਪਾਂ ਡਿਸਕਸ ਕਰਦੇ ਹਾਂ ਜੀ ਕਵਿਤਾ ਕਵਿਤਾ ਨੂੰ ਵੀ ਜਿਹੜਾ ਕੀ ਆ ਪੜਨਾ ਨਹੀਂ ਹੈਗਾ ਉਹਦੇ ਵਿੱਚ ਵੀ ਕੋਸ਼ਿਸ਼ ਲੱਭਣ ਦੀ ਕੋਸ਼ਿਸ਼ ਕਰਨੀ ਆ ਫਿਰ ਨਾਲ ਨਾਲ ਤੁਹਾਨੂੰ ਕਵਿਤਾ ਵੀ ਜਿਹੜੀ ਕਿ ਸਮਝ ਆਉਣ ਲੱਗ ਜੂਗੀ ਫਸਟ ਹੈ ਕਿਸ ਦੀ ਮਜਬੂਰੀ ਹੋਰ ਵੱਧ ਗਈ ਫਸਟ ਹੈ ਕੋਸ਼ ਚਾਕ ਦੀ ਕੈਦੋ ਦੀ ਕਵੀ ਦੀ ਜਾਂ ਡਾਚੀ ਦੀ ਤਾਂ ਇਹਦਾ ਆਪਾਂ ਹੁਣ ਆਨਸਰ ਵੇਖਾਂਗੇ ਫਾਈਂਡ ਕਰਕੇ ਇਹਦਾ ਆਨਸਰ ਹੈਗਾ ਜੀ ਕੈਦੋ ਸਮੇ ਦੇ ਹੋਰ ਵੀ ਹੋਰੇ ਟਾਡੇ ਚਾਕ ਸਮੇ ਦੇ ਹੋਰ ਵੀ ਮਜਬੂਰ ਹੋ ਗਏ ਕੀ ਹੈ ਕਿਸ ਦੀ ਮਜਬੂਰੀ ਹੋਰ ਵੱਧ ਗਈ ਤਾਂ ਇਹਦਾ ਜਿਹੜਾ ਰਾਈਟ ਆਨਸਰ ਫਿਰ ਕੀ ਬਣੂਗਾ ਚਾਕ ਦੀ ਠੀਕ ਹੈ ਤਾਂ ਇਸ ਤਰੀਕੇ ਨਾਲ ਇਹ ਵੀ ਕਵਿਤਾ ਦੀ ਲਾਈਨਸ ਦੇ ਵਿੱਚੋਂ ਤੁਸੀਂ ਆਨਸਰ ਫਾਈਂਡ ਕਰ ਸਕਦੇ ਹੋ ਐਵੇਂ ਨੈਕਸਟ ਕੁਐਸਚਨ ਆਪਾਂ ਇੱਥੇ ਦੇਖਦੇ ਹਾਂ ਜੀ ਉਪਰੋਕਤ 17 ਅਨੁਸਾਰ ਤਖਤ ਹਜ਼ਾਰੇ ਦੇ ਜੰਗ ਵਿਚਕਾਰ ਕਿਹੜੀ ਚੀਜ਼ ਵਿੱਚ ਵਾਧਾ ਹੋ ਗਿਆ ਠੀਕ ਹੈ ਫਰਸਟ ਹੈ ਵਨਜ ਵਿੱਚ ਮੱਝਾ ਚਾਰਨ ਵਿੱਚ ਪਾਣੀ ਵਿੱਚ ਜਾਂ ਦੂਰੀ ਵਿੱਚ ਤਾਂ ਇਹਦਾ ਵੀ ਆਪਾਂ ਇਹਦੇ ਵਿੱਚੋਂ ਦੇਖਾਂਗੇ ਆਨਸਰ ਲੱਭ ਕੇ ਕਿ ਇਹਦਾ ਕੀ ਆਨਸਰ ਬੰਦ ਹੈ ਇਹਦੇ ਵਿੱਚੋਂ ਜੇਕਰ ਆਪਾਂ ਦੇਖੀਏ ਤਾਂ ਇਹ ਲਿਖਿਆ ਹੋਇਆ ਚਾਗ ਸਮੇ ਹੋਰ ਵੀ ਮਜਬੂਰ ਹੋ ਗਏ ਪੈਂਡੇ ਤੱਕ ਤ ਹਜ਼ਾਰੋਂ ਚੰਗਵਲ ਹੁੰਦੇ ਹੁੰਦੇ ਅੱਜ ਹੋਰ ਵੀ ਦੂਰ ਹੋ ਗਏ ਠੀਕ ਹੈ ਤਾਂ ਇਹਦਾ ਆਨਸਰ ਫਿਰ ਕੀ ਬੰਦਾ ਹੈਗਾ ਦੂਰੀ ਵਿੱਚ ਠੀਕ ਹੈ ਯਾਨੀ ਕਿ 4ਵਾਂ ਦਾ ਆਨਸਰ ਬਣ ਜਾਊਗਾ ਨੈਕਸਟ ਹੈਗਾ ਟਾਡੇ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਕੀ ਹੈ ਫਸਟ ਸਖਤ ਨਰਮ ਗੁੱਸੇਖੋਰ ਜਾਂ ਅੜਬ ਜੇਕਰ ਹੁਣ ਆਪਾਂ ਇਹਦੇ ਵਿੱਚ ਦੇਖੀਏ ਤਾਂ ਤਿੰਨ ਚੀਜ਼ਾਂ ਦਾ ਬਿਲਕੁਲ ਸੇਮ ਹੈਗੀਆਂ ਠੀਕ ਹੈ ਸਖਤ ਵੀ ਠੀਕ ਹੈ ਗੁੱਸੇਖੋਰ ਵੀ ਤੇ ਅੜਬ ਇਹਨਾਂ ਤਿੰਨਾਂ ਦੇ मीनिंग ਜਿਹੜੇ ਕੀ ਸੇਮ ਦਿਖਦੇ ਆ ਠੀਕ ਹੈ ਤਾਂ ਫੇਰ ਕੀ ਕਵਾਂਗੇ ਇਹਦਾ ਰਾਈਟ ਆਨਸਰ ਫਿਰ ਕੀ ਬਣੂਗਾ ਨਰਮ ਕਿਉਂਕਿ ਬਾਕੀ ਤਿੰਨ ਜਿਹੜੇ ਕਿ ਇਹ ਵਰਡ ਬਿਲਕੁਲ ਸੇਮ ਅਰਥ ਉਹਨਾਂ ਦਾ ਨਿਕਲਦਾ ਨਰਮ ਜਿਹੜਾ ਕਿ ਉਸ ਦਾ ਉਲਟਾ ਤਾਂ ਇਹ ਇਹਦਾ ਜਿਹੜਾ ਕਿ ਇਹ ਵਿਰੋਧੀ ਸ਼ਬਦ ਦਾ ਆਨਸਰ ਹੋਗਾ ਨੈਕਸਟ ਹੈਗਾ ਸਦਾ ਸ਼ਬਦ ਦਾ ਸਮਾਨਾਰਥਿਕ ਸ਼ਬਦ ਕੀ ਹੈ ਸਦਾ ਠੀਕ ਹੈ ਫਸਟ ਹੈਗਾ ਹਮੇਸ਼ਾ ਕਦੇ-ਕਦੇ ਰੁਕ-ਰੁਕ ਕੇ ਜਾਂ ਨਾਗਾ ਪਾ ਕੇ ਤਾਂ ਇਹਦਾ ਰਾਈਟ ਆਨਸਰ ਫਿਰ ਕੀ ਆਊਗਾ ਨੋਰਮਲ ਜ ਹੈ ਸਦਾ ਦਾ ਮਤਲਬ ਹੁੰਦਾ ਹਮੇਸ਼ਾ ਠੀਕ ਹੈ ਨੈਕਸਟ ਹੈਗਾ ਇਹ 17 ਅਮਰਤਾ ਪ੍ਰੀਤਮ ਦੀ ਕਿਹੜੀ ਕਵਿਤਾ ਵਿੱਚੋਂ ਲਈਆਂ ਗਈਆਂ ਹਨ ਫਰਸਟ ਹੈ ਮੈਂ ਗੀਤ ਲਿਖਦੀ ਹਾਂ ਸਾਨੂੰ ਮਿਲੀ ਜਾਣ ਹੋ ਸੁਨੇਹੜੇ ਜਸਨ ਯੋਗ ਵਾਯੋਗ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਕਈ ਵਾਰ ਇਸ ਤਰੀਕੇ ਨਾਲ ਆਊਟ ਆਫ ਵੀ ਇੱਕ ਅੱਧਾ ਕੁਐਸਚਨ ਜਿਹੜਾ ਕੀ ਆ ਜਾਂਦਾ ਬਟ ਕੋਈ ਗੱਲ ਨਹੀਂ ਤੁਹਾਡਾ ਮਕਸਦ ਕੀ ਹੈ ਮੇਨ ਹੈ ਕਿ ਜਿੰਨੇ ਤੁਸੀਂ ਕੁਐਸਚਨ ਈਜ਼ੀਲੀ ਉਹਦੇ ਵਿੱਚ ਫਾਈਂਡ ਹੁੰਦੇ ਆ ਉਹ ਤੁਹਾਡੇ ਰਾਈਟ ਜਾਣ ਜੇਕਰ ਇੱਕ ਅੱਧਾ ਕੁਐਸਚਨ ਰੋਂਗ ਵੀ ਚਲਾ ਗਿਆ ਤਾਂ ਉਹਦੀ ਜਿਹੜੀ ਕੀ ਹੈ ਕੋਈ ਟੈਨਸ਼ਨ ਨਹੀਂ ਲੈਣੇਗੀ ਠੀਕ ਹੈ ਤਾਂ ਇਸ ਤਰੀਕੇ ਨਾਲ ਇੱਕ ਅੱਧਾ ਕੁਐਸਚਨ ਜਿਹੜਾ ਹੈ ਕਿ ਇਹ ਜ਼ਰੂਰ ਆਊਟ ਆਫ ਕਈ ਵਾਰ ਆ ਜਾਂਦਾ ਹੁੰਦਾ ਹੈਗਾ ਉਹ ਕੁਐਸਚਨ ਪੇਪਰ ਤੇ ਡਿਪੈਂਡ ਕਰਦਾ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਕੀ ਹੈ ਕੁਐਸਚਨ ਨੋ ਪੇਪਰ ਨੂੰ ਜਿਹੜਾ ਕੀ ਬਣਾਇਆ ਗਿਆ ਹੈਗਾ ਤੇ ਤਾਂ ਇਹ ਸਾਰੀਆਂ ਚੀਜ਼ਾਂ ਮਤ ਜਿਹੜਾ ਕੀ ਆ ਥੋੜਾ ਮੋਟਾ ਜ਼ਰੂਰਤਾਂ ਦਿਓ ਤੇ ਇਹਦਾ ਰਾਈਟ ਆਨਸਰ ਜਿਹੜਾ ਕੀ ਹੈਗਾ ਜੀ ਉਹ ਹੈਗਾ ਸੁਨੇਹੜੀ ਠੀਕ ਹੈ ਨੈਕਸਟ ਹੈਗਾ ਉਪਰੋਕਤ ਕਵਿਤਾ ਵਿੱਚ ਡਾਚੀ ਤੋਂ ਕੀ ਭਾਵ ਹੈ ਫਰਸਟ ਹੈ ਘੋੜੀ ਮੱਝ ਊਠਣੀ ਜਾਂ ਖੱਤਰ ਤਾਂ ਇਹਦੇ ਵਿੱਚ ਹੀ ਆਪਾਂ ਦੇਖਾਂਗੇ ਕਿ ਡਾਚੀ ਜਿਹੜਾ ਵਰਡ ਯੂਜ਼ ਕੀਤਾ ਗਿਆ ਹੈਗਾ ਉਹਦਾ ਮਤਲਬ ਕੀ ਹੈ ਠੀਕ ਹੈ ਤਾਂ ਇਹਦੇ ਵਿੱਚ ਲਿਖਿਆ ਹੋਇਆ ਪਿੱਛੀ ਹੋਈ ਇਹ ਜੰਮੀ ਦੀ ਪਿੱਠ ਸਾਰੀ ਖੂਰੇ ਡਾਚੀ ਦੇ ਅੱਜ ਨਾਸੂਰ ਹੋ ਗਏ ਵੰਜਾ ਵਾਲਿਆਂ ਨੇ ਕੱਚੇ ਵੰਜ ਕੀਤੇ ਪਾਣੀ ਛੱਲਾਂ ਦੇ ਨਾਲ ਭਰਪੂਰ ਹੋ ਗਏ ਠੀਕ ਹੈ ਤਾਂ ਇਹਦੇ ਵਿੱਚ ਜੇਕਰ ਆਪਾਂ ਡਾਚੀ ਵਰਡ ਵੇਖੀਏ ਉਹ ਇੱਥੇ ਹੀ ਹੈ ਬਾਕੀ ਓਵਰ ਆਲ ਵੀ ਵੇਖ ਲੈਣੇ ਕਿ ਇਹਦੇ ਵਿੱਚ ਕਿਤੇ ਹੋਰ ਵਰਡ ਹੋਵੇ ਤਾਂ ਪਤਾ ਲੱਗ ਜੂ ਬਟ ਨਹੀਂ ਤਾਂ ਇਹਦੇ ਵਿੱਚ ਜੇਕਰ ਆਂਸਰ ਇਹਦਾ ਬੰਦਾ ਹੈਗਾ ਡਾਚੀ ਦਾ ਉਪਭਾਵ ਕੀ ਹੈਗਾ ਤਾਂ ਉਹ ਹੈਗਾ ਥਰਡ ਉਠਨੀ ਠੀਕ ਹੈ ਇਹ ਇਹਦਾ রাইਟ ਆਨਸਰ ਤਾਂ ਕਈ ਵਾਰ ਕਵਿਤਾ ਦੇ ਵਿੱਚ ਜੇ ਤੁਸੀਂ ਪੜ੍ਹਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਹਲਕਾ ਜਿਹਾ ਜਿਹੜਾ ਹਿੰਟ ਪਤਾ ਲੱਜ ਜਾਂਦਾ ਹੈਗਾ ਤਾਂ ਉਹਦੇ ਤੋਂ ਤੁਸੀਂ ਕੁਐਸਚਨ ਅਟੈਂਪਟ ਕਰ ਸਕਦੇ ਹੋ ਹੁਣ ਜਿਹੜੇ ਕੀ ਆਪਣੇ ਇੱਥੇ ਪੈਡਾਗੋਜੀ ਦੇ ਕੁਐਸਚਨ ਜਿਹੜੇ ਕੀ ਆ ਚੁੱਕੇ ਹੈਗੇ ਆ ਹੁਣ ਆਪਾਂ ਇਹ ਡਿਸਕਸ ਕਰਦੇ ਹਾਂ ਕਿ ਪੈਡਾਗੋਜੀ ਦੇ ਕੁਐਸਚਨ ਤੁਸੀਂ ਕਿਸ ਤਰੀਕੇ ਨਾਲ ਅਟੈਂਪਟ ਕਰਨੇ ਆ ਫਰਸਟ ਹੈ ਹੇਰ ਲਿਖਿਆਂ ਵਿੱਚੋਂ ਕਿਹੜਾ ਵਿਆਕਰ ਪੜਾਉਣ ਲਈ ਇੱਕ ਅਸਰਦਾਰ ਢੰਗ ਹੈ ਕੀ ਕਰਾਣੀ ਆਪਾਂ ਬੱਚੇ ਨੂੰ ਗ੍ਰਾਮਰ ਪੜਾਣੀ ਆ ਤਾਂ ਕਿਹੜਾ ਜਿਹੜਾ ਕਿ ਇਹ ਵਧੀਆ ਤਰੀਕਾ ਹੋਊਗਾ ਫਰਸਟ ਹੈ ਉਦਾਹਰਨ ਦੇਣ ਉਪਰੰਤ ਵਿਆਕਰਨ ਦੇ ਨਿਯਮ ਪੜਾਉਣਾ ਯਾਨੀ ਕਿ ਇੱਕ ਉਦਾਹਰਨ ਦੇ ਕੇ ਉਸ ਤੋਂ ਬਾਅਦ ਜਿਹੜੇ ਕਿ ਵਿਆਕਰਨ ਨਾਲ ਰਿਲੇਟਡ ਉਹਨਾਂ ਰੂਲਸ ਦੱਸਨੇ ਸੈਕੰਡ ਹੈ ਪਾਠ ਦਾ ਅਨੁਵਾਦ ਕਰਦਿਆਂ ਵਿਆਕਰਨ ਦੇ ਨਿਯਮ ਪੜਾਣੇ ਯਾਨੀ ਕਿ ਕੋਈ ਵੀ ਤੁਸੀਂ ਲੈਸਨ ਪੜ੍ਹਾ ਰਹੇ ਹੋਗੇ ਆ ਠੀਕ ਹੈ ਉਹਦੇ ਵਿੱਚ ਹੀ ਤੁਸੀਂ ਵਿਆਕਰਨ ਦੇ ਨਾਮ ਵੀ ਪੜਾਣੇ ਹੈਗੇ ਆ ਠੀਕ ਹੈ ਯਾਨੀ ਕਿ ਰੂਲ ਜਿਹੜੇ ਦਿੱਤੇ ਆ ਥਰਡ ਹੈ ਵਿਆਕਰਨ ਦੀ ਇੱਕ ਵਿਸ਼ੇਸ਼ ਪੁਸਤਕ ਵਰਤੋ ਨਾਲ ਵਿਆਕਰਨ ਪੜਾਉਣੀ ਯਾਨੀ ਕਿ ਉਹਦੀ ਇੱਕ ਅਲੱਗ ਤੋਂ ਗ੍ਰਾਮਰ ਵਾਲੀ ਬੁੱਕ ਲੈ ਕੇ ਤੇ ਉਸ ਤਰੀਕੇ ਨਾਲ ਪੜਾਉਣਾ ਤੇ ਫੋਰਥ ਹੈ ਨਾਮ ਦੀ ਪੜਤਾਲ ਕਰਨ ਦੇ ਸੰਦਰਭ ਵਿੱਚ ਵਿਆਕਰਨ ਪੜਾਉਣਾ ਠੀਕ ਹੈ ਜੇਕਰ ਇਹਦਾ ਰਾਈਟ ਆਨਸਰ ਆਪਾਂ ਦੇਖੀਏ ਤਾਂ ਉਹ ਹੋਗਾ ਜੀ ਕੀ ਕਰਾਣਾ ਇੱਕ ਅਸਰ ਦਾ ਢੰਗ ਵਧੀਆ ਤਰੀਕਾ ਕੀ ਹੋਊਗਾ ਤਾਂ ਇਹਦਾ ਰਾਈਟ ਆਨਸਰ ਜਿਹੜਾ ਕੀ ਹੈਗਾ ਉਹ ਹੈਗਾ ਜੀ 4 ਨੇਮਾ ਦੀ ਪੜਤਾਲ ਕਰਨ ਦੇ ਸੰਦਰਭ ਵਿੱਚ ਵਿਆਕਰਨ ਪੜਾਉਣਾ ਠੀਕ ਹੈ ਸੰਦਰਭ ਕੀ ਹੁੰਦਾ ਕੰਟੈਕਸ ਜਾਨੀ ਕਿ ਜਿਹੜੇ ਰੂਲਸ ਰੈਗੂਲੇਸ਼ਨ ਦਿੱਤੇ ਆ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਤੁਸੀਂ ਵਿਆਕਰਨ ਪੜਾਉਣੀ ਆ ਜੇਕਰ ਆਪਾਂ ਇਹ ਕਹੀਏ ਕਿ ਉਦਾਹਰਨ ਦੇਣ ਉਪਰੰਤ ਠੀਕ ਹੈ ਨਾਲ ਇੱਕ ਵਾਰੀ ਤੁਸੀਂ ਉਦਾਹਰਨ ਦਿੱਤੀ ਤੇ ਨਾਲ ਦੇਣਾ ਵਿਆਕਰਨ ਪੜਾਉਣ ਲੱਗ ਗਈ ਠੀਕ ਹੈ ਇਹ ਇੱਕ ਅਸਰਦਾਰ ਢੰਗ ਨਹੀਂ ਹੋਗਾ ਕੱਲੀ ਉਦਾਹਰਨ ਦੇ ਕੇ ਠੀਕ ਹੈ ਨੈਕਸਟ ਜੇਕਰ ਆਪਾਂ ਕਹੀਏ ਪਾੜ ਦਾ ਅਨਵਾਦ ਕਰਦੇ ਆ ਹੀ ਵਿਆਕਰਨ ਦੇ ਨੀਮ ਪੜਾ ਦੇਣਾ ਨਹੀਂ ਵਿਆਕਰਨ ਦੀ ਇੱਕ ਵਿਸ਼ੇਸ਼ਕਲੀ ਪੁਸਤਕ ਲੈ ਕੇ ਬੱਚਿਆਂ ਨੂੰ ਹਨਾ ਬੁੱਕ ਲੈ ਕੇ ਤੇ ਉਹਨਾਂ ਨੂੰ ਕਹਤੀਏ ਕਿ ਤੁਸੀਂ ਇਹ ਵਿਆ ਉਹ ਵਿਆਕਰਨ ਪੜਾਉਣ ਬੈਠੋ ਨਹੀਂ ਕੀ ਕਰਨਾ ਉਹਨਾਂ ਦੀ ਪੜਤਾਲ ਜਾਂਚ ਕਰਕੇ ਠੀਕ ਹੈ ਕਿਸ ਤਰੀਕੇ ਨਾਲ ਰੂਲ ਰੈਗੂਲੇਸ਼ਨ ਬਣੇ ਹੋਏ ਆ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਉਹ ਸਾਰੇ ਕੰਟੈਕਸਟ ਨੂੰ ਜਿਹੜਾ ਕੀ ਆ ਤੁਸੀਂ ਵਿਆਕਰਨ ਪੜਾਉਣੀ ਆ ਉਸ ਚੀਜ਼ ਨੂੰ ਲੈ ਕੇ ਠੀਕ ਹੈ ਤਾਂ ਇਹ ਚੀਜ਼ ਜ਼ਰੂਰ ਆ ਆ ਵਰਡ ਜ਼ਰੂਰ ਹਮੇਸ਼ਾ ਯਾਦ ਰੱਖਿਓ ਸੰਧਰਾਮ ਬਸੰਧਰਾਮ ਦਾ ਮਤਲਬ ਹੁੰਦਾ ਕੰਟੈਕਸ ਕਈ ਵਾਰ ਇਹ ਮਾਈਂਡ ਰਿਲੇਟਡ ਵੀ ਚੀਜ਼ ਦਿੱਤੀ ਹੁੰਦੀ ਹੈ ਠੀਕ ਹੈ ਇਸ ਵਰਡ ਦਾ ਜਿੱਥੇ ਤੁਹਾਨੂੰ ਲੱਗਦਾ ਇਹ ਬਿਲਕੁਲ ਪੋਜ਼ਿਟਿਵ ਵਰਡ ਹੋਗਾ ਠੀਕ ਹੈ ਤੇ ਪੋਜ਼ਿਟਿਵ ਹੀ ਤੁਹਾਡਾ ਆਨਸਰ ਇਹਦੇ ਵਿੱਚ ਹੋਗਾ ਜਿੱਥੇ ਸੰਧਰਾਮ ਵਰਗਾ ਵਰਡ ਆ ਗਿਆ ਉਹੀ ਤੁਹਾਡਾ ਰਾਈਟ ਆਨਸਰ ਹੋਗਾ ਕੁਐਸਚਨ ਨੂੰ ਦੇਖ ਕੇ ਜ਼ਰੂਰ ਸਮਝ ਲਿਓ ਕਿ ਪੋਜ਼ਿਟਿਵ ਪੁੱਛਿਆ ਜਾਂ 네ਗਟਿਵ ਠੀਕ ਹੈ ਨੈਕਸਟ ਹੈ ਸਮਾਜਿਕ ਸੰਪਰਕ ਦਾ ਸੰਕਲਪ ਕਿਨੇ ਦਿੱਤਾ ਜਾਨੀ ਕਿ ਸਮਾਜ ਦੇ ਨਾਲ ਇੰਟਰੈਕਸ਼ਨ ਸੋਸ਼ਲ ਇੰਟਰੈਕਸ਼ਨ ਦਾ ਕਿਨੇ ਜਿਹੜਾ ਕੀ ਇਹ ਸੰਕਲਪ ਦਿੱਤਾ ਫਰਸਟ ਹੈ ਪੰਣੀ ਨੇ ਥਰਡ ਹੈ ਸਕਿਨਰ ਨੇ ਥਰਡ ਹੈ ਵੈਗੋਸਕੀ फोर्थ ਹੈ ਕੋਲਬਰਗ ਤਾਂ ਆਪਾਂ ਨੂੰ ਪਤਾ ਹੈ ਕਿ ਆਪਾਂ ਕੋਲ ਸੌਰੀ ਉਹਦੀ ਵੈਗੋਸਕੀ ਦੀ ਥਿਊਰੀ ਦੇ ਵਿੱਚ ਦੇਖਿਆ ਸੀ ਵੈਗੋਸਕੀ ਦੀ ਥਿਊਰੀ ਹੈਗੀ ਇਸ ਜਿਹੜੀ ਕਿ ਸੋਸ਼ਲ ਕਲਚਰ ਥਿਉਰੀ ਹੈਗੀ ਹੈ ਸਮਾਜ ਤੇ ਉਹਨੇ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਆ ਤਾਂ ਇਹਦਾ ਰਾਈਟ ਆਨਸਰ ਕੀ ਹੋਗਾ ਵੈਗੋਸਕੀ ਕਿਉਂਕਿ ਇਹਨੇ ਸੋਸ਼ਲ ਇੰਟਰੈਕਸ਼ਨ ਬਾਰੇ ਗੱਲ ਕੀਤੀ ਹੈ ਕਿ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੁੰਦੀ ਆ ਉਹ ਸਮਾਜ ਦੇ ਨਾਲ ਇੰਟਰੈਕਟ ਕਰਕੇ ਹੁੰਦੀ ਆ ਤਾਂ ਇਹ ਇਹਦਾ ਰਾਈਟ ਆਨਸਰ ਹੋਗਾ ਪਿਆਜੇ ਵੈਗੋਸਕੀ ਤੇ ਨੋਮ ਚਮਸਕੀ ਇਹ ਤਿੰਨ ਜਿਹੜੇ ਰਾਈਟਰ ਹੈਗੇ ਆ ਇਹ ਕਰੇ ਦੱਸ ਦਿੰਨੀ ਆ ਪਿਆਜੇ ਹੋ ਗਿਆ ਠੀਕ ਹੈ ਤੇ ਨੋਮ ਚਮਸਕੀ ਹੋ ਗਿਆ ਤੇ ਹੋਰ ਕੌਣ ਵੈਗੋਸਕੀ ਇਹਨਾਂ ਤਿੰਨਾਂ ਦੇ ਕਈ ਵਾਰ ਕੁਐਸਚਨ ਜਿਹੜੇ ਕਿ ਇਹ ਪੈਡਾਗੋਜੀ ਦੇ ਵਿੱਚ ਆ ਜਾਂਦੇ ਚਾਹੇ ਤੁਸੀਂ ਇੰਗਲਿਸ਼ ਚ ਇੰਗਲਿਸ਼ ਲੈਂਗੁਏਜ ਤੁਸੀਂ ਭਰੀਆ ਜਾਂ ਹਿੰਦੀ ਭਰੀਆ ਠੀਕ ਹੈ ਲੈਂਗੁਏਜ ਜਾਂ ਪੰਜਾਬੀ ਤਾਂ ਇਹ ਤਿੰਨ ਜਿਹੜੇ ਕੀ ਆ ਇਹਨਾਂ ਦੀਆਂ ਥਿਉਰੀਆਂ ਦੇ ਵਿੱਚੋਂ ਕੁਐਸਚਨ ਆ ਜਾਂਦੇ ਹੁੰਦੇ ਬਟ ਉਹਨਦੇ ਬਿਲਕੁਲ ਨਾਰਮਲ ਹੁੰਦੇ ਜਿਵੇਂ ਇਹ ਨਾਰਮਲ ਕੁਐਸਚਨ ਸੀ ਠੀਕ ਹੈ ਨੈਕਸਟ ਕੁਐਸਚਨ ਹੈਗਾ ਜੀ ਹੇਟ ਲਿਖਿਆਂ ਵਿੱਚੋਂ ਕਿਹੜੀ ਭਾਸ਼ਾ ਸੋਰੀ ਕਿਹੜੇ ਬੱਚਿਆਂ ਨੂੰ ਭਾਸ਼ਾ ਗ੍ਰਹਿਣ ਕਰਨ ਵਿੱਚ ਸਹਾਇਕ ਹੁੰਦੀ ਹੈ ਠੀਕ ਹੈ ਫਸਟ ਹੈ ਇੱਕ ਘਰੇਲੂ ਵਾਤਾਵਰਣ ਜਿੱਥੇ ਬੱਚੇ ਨੂੰ ਵਧੇਰੇ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੈਕਿੰਡ ਹੈ ਬਾਲਗਾਂ ਦੀ ਗੱਲਬਾਤ ਨੂੰ ਘਰ ਤੇ ਜੋਗਿਰਦੇ ਵਿੱਚ ਸੁੰਨਾ ਥਰਡ ਹੈ ਬੱਚਿਆਂ ਨੂੰ ਵਾਕਾਂ ਦੇ ਸਹੀ ਉਚਾਰਾਂ ਨੂੰ ਦੁਹਰਾਉਣ ਲਈ ਕਹਿਣਾ ਤੇ ਫੋਰਥ ਹੈ ਦੂਜੇ ਬੱਚਿਆਂ ਨਾਲ ਖੇਡਣ ਲਈ ਕਹਿਣਾ ਆਪਾਂ ਕੀ ਕਰਨਾ ਉਹਨਾਂ ਨੇ ਕੀ ਕੁਐਸਚਨ ਚ ਪੁੱਛਿਆ ਕਿ ਬੱਚਿਆਂ ਦੇ ਵਿੱਚ ਭਾਸ਼ਾ ਨੂੰ ਗ੍ਰਹਿਣ ਕਰਨ ਲਈ ਸਭ ਤੋਂ ਜ਼ਿਆਦਾ ਵਧੀਆ ਤਰੀਕਾ ਕੀ ਹੈ ਜੇਕਰ ਆਪਾਂ ਇਹਨਾਂ ਨੂੰ ਦੇਖੀਓ অপਸ਼ਨ ਨੂੰ ਸਮਝੀਏ ਕਿ ਇੱਕ ਘਰੇਲੂ ਵਾਤਾਵਰਨ ਦੇ ਦਿੱਤਾ ਜਾਵੇ ਜਿੱਥੇ ਬੱਚਿਆਂ ਨੂੰ ਕੋਈ ਬੋਲਣ ਦੀ ਆਗਿਆ ਨਾ ਦਿੱਤੀ ਜਾਵੇ ਕੀ ਤੁਹਾਨੂੰ ਲੱਗਦਾ ਹੈ ਕਿ ਇੱਥੇ ਬੱਚਿਆਂ ਦੀ ਭਾਸ਼ਾ ਗ੍ਰਹਿਣ ਵਿੱਚ ਹੈਲਪ ਮਿਲ ਰਹੀ ਹੈ ਕਿਉਂਕਿ ਜਦੋਂ ਇੱਥੇ ਬੱਚਿਆਂ ਨੂੰ ਬੋਲਣ ਦੀ ਆਗਿਆ ਇਹਨਾਂ ਦਿੱਤੀ ਜਾਊਗੀ ਤਾਂ ਇਹਦੇ ਵਿੱਚ ਇਹ ਤਾਂ ਬਿਲਕੁਲ ਹੀ ਰੋਂਗ ਹੈ ਕਿ ਬੱਚਿਆਂ ਨੂੰ ਬੋਲਣ ਦਾ ਮੌਕਾ ਇਹਨਾਂ ਦਿੱਤਾ ਜਾਵੇ ਤਾਂ ਉੱਥੇ ਜਿਹੜੀ ਕਿ ਇਹ ਬੱਚੇ ਦੀ ਲੈਂਗੁਏਜ ਅਸੀਂ ਨਹੀਂ ਕਹਿ ਸਕਦੇ ਕਿ ਬੱਚਾ ਗ੍ਰਹਿਣ ਕਰੂਗਾ ਠੀਕ ਹੈ ਜੇਕਰ ਸੈਕਿੰਡ ਪੁਆਇੰਟ ਦੀ ਗੱਲ ਕਰੇ ਬਾਲਕਾਂ ਨੂੰ ਗੱਲਬਾਤ ਨੂੰ ਘਰ ਅਤੇ ਚੁਗਿਰਦੇ ਵਿੱਚ ਹੀ ਸੁੰਣਾ ਸਿਰਫ ਘਰ ਤੇ ਚੁਗਿਰਦੇ ਘਰ ਦੇ ਆਏ ਦੁਆਲੇ ਹਨਾ ਚਾਰ ਦਿਵਾਰੀ ਦੇ ਵਿੱਚ ਹੀ ਉਸ ਚੀਜ਼ ਨੂੰ ਸੁੰਣਾ ਤਾਂ ਇਹਦੇ ਵਿੱਚ ਅਸੀਂ ਕਹਿਣ ਸਿੱਦੇ ਕਿ ਬੱਚੇ ਕੋਈ ਚੀਜ਼ ਨੂੰ ਗ੍ਰੈਂਡ ਕਰ ਰਿਹਾ ਠੀਕ ਹੈ ਬੱਚਿਆਂ ਨੂੰ ਵਾਕਾਂ ਦੇ ਸਹੀ ਉਚਾਰਨ ਨੂੰ ਦੁਹਰਾਉਣ ਲਈ ਕਹਿਣਾ ਬਾਰ ਬਾਰ ਰੈਪੀਟੀਸ਼ਨ ਨੂੰ ਕਰਨ ਨੂੰ ਕਹਿਣਾ ਕੀ ਤੁਹਾਨੂੰ ਲੱਗਦਾ ਹੈ ਕਿ ਹਰੇਕ ਚੀਜ਼ ਨੂੰ ਰਿਪੀਟ ਕਰਕੇ ਬੱਚਾ ਕੋਈ ਚੀਜ਼ ਨੂੰ ਗ੍ਰੈਂਡ ਕਰ ਲੂ ਨਹੀਂ ਰੈਪੀਟੀਸ਼ਨ ਨਹੀਂ ਕਰਾਣੀ ਜੋ ਚੀਜ਼ ਵੀ ਸਿੱਖੇ ਨੈਚੁਰਲੀ ਵੀ ਇਹ ਨਾ ਸਿੱਖੇ ਤਾਂ ਜੇਕਰ ਇਹਦਾ ਰਾਈਟ ਆਨਸਰ ਬੰਦਾ ਉਹ ਹੈਗਾ ਦੂਜੇ ਬੱਚਿਆਂ ਨਾਲ ਖੇਡਣਾ ਬੱਚਾ ਖੇਡਦੇ ਖੇਡਦੇ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਿ ਇਹ ਸਿੱਖਦਾ ਹੈਗਾ ਹਨਾ ਕੀ ਇਹਦੇ ਵਿੱਚ ਕੁਐਸਚਨ ਸੀ ਕਿ ਬੱਚਿਆਂ ਨੂੰ ਭਾਸ਼ਾ ਗ੍ਰਹਿਣ ਕਰਨ ਲਈ ਉਹਨਾਂ ਨੂੰ ਜਿਹੜੇ ਕੀ ਹੈ ਦੇਖੋ ਗਰੁੱਪ ਦੇ ਵਿੱਚ ਬੱਚੇ ਖੇਡ ਰਹੇ ਆ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਬੱਚੇ ਹੈਗੇ ਕਿਸੇ ਦੀ ਲੈਂਗੁਏਜ ਹਿੰਦੀ ਹੈ ਕਿਸੇ ਦੀ ਕਿਵੇਂ ਆ ਹਨਾ ਬੱਚਾ ਇਹ ਚੀਜ਼ਾਂ ਨੂੰ ਕੀ ਕਰੂਗਾ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਕੀ ਹੈ ਗ੍ਰਹਿਣ ਕਰਦਾ ਤਾਂ ਅਸੀਂ ਕਹਿ ਸਕਦੇ ਆ ਦੂਜਿਆਂ ਨਾਲ ਖੇਡਣ ਨਾਲ ਬੱਚੇ ਜੇਕਰ ਸਭ ਤੋਂ ਵਧੀਆ ਭਾਸ਼ਾ ਸਿੱਖਣ ਗ੍ਰਹਿਣ ਦਾ ਸਹਾਇਕ ਤਰੀਕਾ ਹੈਗਾ ਉਹ ਹੈਗਾ ਦੂਜੇ ਬੱਚਿਆਂ ਨਾਲ ਖੇਡਣਾ ਤਾਂ ਇਹਦਾ ਰਾਈਟ ਆਨਸਰ ਹੋਊਗਾ ਨੈਕਸਟ ਕੁਐਸਚਨ ਹੈ ਬੱਚੇ ਕੁਦਰਤੀ ਤੌਰ ਤੇ ਭਾਸ਼ਾ ਗ੍ਰਹਿਣ ਕਰਦੇ ਹਨ ਜੇਕਰ ਉਹਨਾਂ ਦੀ ਡੈਸ਼ ਤੱਕ ਰਸਾਈ ਹੋਵੇ ਠੀਕ ਹੈ ਹੁਣ ਇੱਥੇ ਗੱਲ ਆ ਗਈ ਜੀ ਨੇਚਰਲੀ ਵੇ ਨਾਲ ਭਾਸ਼ਾ ਗ੍ਰਹਿਣ ਕਰਦੇ ਕਿਵੇਂ ਫਸਟ ਇੱਕੋ ਵਿਲੇ ਸਿਰਫ ਇੱਕ ਭਾਸ਼ਾ ਸਿੱਖਦੇ ਆ ਸੈਕਿੰਡ ਇੱਕ ਤੋਂ ਵੱਧ ਭਾਸ਼ਾ ਜਾਂ ਫੋਰੀ ਮਾਹੌਲ ਵਿੱਚ ਮੌਜੂਦ ਹੋਵੇ ਕੀ ਹੈ ਉਹਨਾਂ ਨੇ ਕੁਐਸਚਨ ਪਹਿਲਾਂ ਸਮਝੋ ਕੀ ਦਿੱਤਾ ਹੈ ਕਿ ਬੱਚੇ ਨੇਚਰਲੀ ਵੇ ਵਿੱਚ ਭਾਸ਼ਾ ਗ੍ਰਹਿਣ ਕਰਦੇ ਆ ਜੇਕਰ ਉਹਨਾਂ ਨੂੰ ਕੀ ਦਿੱਤਾ ਜਾਵੇ ਕੀ ਇੱਕੋ ਵੇਲੇ ਇੱਕ ਭਾਸ਼ਾ ਹੀ ਉਹਨਾਂ ਨੂੰ ਜਿਹੜਾ ਕਿ ਬੋਲਣ ਲਈ ਕਿਹਾ ਜਾਵੇ ਸੈਕੰਡ ਸਿਗਾ ਇੱਕ ਤੋਂ ਵੱਧ ਭਾਸ਼ਾ ਜਾਂ ਕੋਈ ਹੋਰ ਇਹੋ ਜਿਹਾ ਮਾਹੌਲ ਵਿੱਚ ਮੌਜੂਦ ਕਰ ਦਿੱਤਾ ਜਾਵੇ ਜਿਦੇ ਵਿੱਚ ਉਹ ਇੱਕ ਤੋਂ ਵੱਧ ਭਾਸ਼ਾ ਸਿੱਖ ਸਕਣ ਥਰਡ ਹੈਗਾ ਸਿਰਫ ਬਿਜਲਾਈ ਤੇ ਪ੍ਰਿੰਟ ਮੀਡੀਆ ਠੀਕ ਹੈ ਜਾਨੀ ਕਿ ਸੋਸ਼ਲ ਮੀਡੀਆ ਜਾਂ ਕੋਈ ਪ੍ਰਿੰਟਡ ਬੁਕਸ ਵਗੈਰਾ ਆਪਾਂ ਦੇਖੇ ਹੀ ਉਹਨਾਂ ਨੂੰ ਕਹੀਏ ਤੇ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਭਾਸ਼ਾ ਗ੍ਰਹਿ ਹੋਊਗੀ ਜਾਂ ਫੋਰਥ ਹੈਗਾ ਉਸ ਭਾਸ਼ਾ ਦੀ ਵਿਆਕਰਣ ਬੰਤਰ ਠੀਕ ਹੈ ਕਿ ਇਕੱਲੀ ਗ੍ਰਾਮਰ ਹੀ ਉਹਨਾਂ ਨੂੰ ਕਰਵਾਣੀ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਸੈਕੰਡ ਇੱਕ ਤੋਂ ਬਾਅਦ ਭਾਸ਼ਾ ਜੋ ਫੋਰੀ ਮਾਹੌਲ ਵਿੱਚ ਮੌਜੂਦ ਹੋਵੇ ਠੀਕ ਹੈ ਜਿੱਥੇ ਬੱਚੇ ਹੈਗੇ ਆ ਜੋ ਉਹਨਾਂ ਦਾ ਆਸ-ਪਾਸੇ এনवायरमेंट ਦੇ ਵਿੱਚ ਬੱਚੇ ਰਹਿ ਰਹੇ ਆ ਸੋਸ਼ਲ ਹੈ ਜਾਨੀ ਕਿ ਮੈਂ ਕਹਿਵਾਂ ਸੋਸ਼ਲ ਇੰਟਰੈਕਸ਼ਨ ਜਿਹੜੀ ਕਿ ਹੋ ਰਹੀ ਆ ਬੱਚਿਆਂ ਦੀ ਜਿਹੜਾ ਉਹਨਾਂ ਨੂੰ ਮਾਹੌਲ ਮਿਲਿਆ ਹੋਇਆ ਉਹਦੇ ਵਿੱਚ ਜੋ ਵੀ ਲੈਂਗੁਏਜ ਯੂਜ਼ ਹੋ ਰਹੀ ਆ ਬੱਚਾ ਜਿਹੜਾ ਕਿ ਉਹ ਨੇਚਰਲੀ ਵੇ ਨਾਲ ਗ੍ਰਹਿਣ ਕਰ ਰਿਹਾ ਤਾਂ ਅਸੀਂ ਕਹਿ ਸਕਦੇ ਹਾਂ ਇਸ ਦੇ ਵਿੱਚ ਇੱਕ ਤੋਂ ਵੱਧ ਭਾਸ਼ਾ ਦਾ ਜਿਹੜਾ ਕਿ ਆ ਮਾਹੌਲ ਹੋਣਾ ਚਾਹੀਦਾ ਜਿੱਥੇ ਬੱਚੇ ਨੇਚਰਲੀ ਵੇ ਨਾਲ ਜਿਹੜਾ ਕਿ ਆ ਕਿਸੇ ਚੀਜ਼ ਨੂੰ ਸਿੱਖਣ ਠੀਕ ਹੈ ਤਾਂ ਇਹ ਕੁਐਸਚਨ ਜਿਹੜਾ ਕਿ ਬਹੁਤ ਹੀ ਹੈ ਈਜ਼ੀ ਸੀ ਬੜ ਥੋੜਾ ਜਿਹਾ ਘੁਮਾ ਕੇ ਪੁੱਛਿਆ ਗਿਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਵੇਲੇ ਸਿਰਫ ਇੱਕ ਭਾਸ਼ਾ ਨਹੀਂ ਕੱਲੇ ਸੋਸ਼ਲ ਮੀਡੀਆ ਜਾਂ ਪ੍ਰਿੰਟ ਮੀਡੀਆ ਨਾਲ ਬੱਚਾ ਭਾਸ਼ਾ ਨਹੀਂ ਸਿੱਖ ਸਕਦਾ ਭਾਸ਼ਾ ਦੀ ਵਿਆਕਰਮ ਬੰਤਰ ਨੂੰ ਬੱਚੇ ਦੇ ਉੱਪਰ ਕੱਲੇ ਗ੍ਰਾਮਰ ਕਰਨ ਨਾਲ ਭਾਸ਼ਾ ਦਾ ਜਿਹੜਾ ਕਿ ਵਿਕਾਸ ਨਹੀਂ ਹੁੰਦਾ ਨੈਕਸਟ ਕੁਐਸਚਨ ਹੈਗਾ ਹੇਟ ਲਿਖਾਂ ਵਿੱਚੋਂ ਕਿਹੜੀ ਇੱਕ ਪਾਠ ਦੀ ਪੜਤ ਬਾਰੇ ਸਭ ਤੋਂ ਵੱਖ ਮੱਤਵਪੂਰਨ ਫਰਸਟ ਹੈ ਕੁਐਸਚਨ ਕੀ ਹੈ ਇੱਕ ਪਾਠ ਦੀ ਪੜਤ ਬਾਰੇ ਸਭ ਤੋਂ ਵੱਖ ਮਤਵਪੂਰਨ ਕੀ ਹੈ ਫਰਸਟ ਹੈ ਪਾਠ ਦੇ ਹਰੇਕ ਸ਼ਬਦ ਨੂੰ ਪੜਨਾ ਸੈਕੰਡ ਹੈ ਵਿਸ਼ਰਾਮ ਚਿੰਨਾ ਉੱਪਰ ਧਿਆਨ ਕੇਂਦਰਿਤ ਕਰਨਾ ਥਰਡ ਹੈ ਲਿਖਿਤ ਪਾਠ ਦਾ ਅਰਥ ਜਾਨਣਾ ਜਾਂ ਫੋਰਥ ਹੈ ਸ਼ੁੱਧ ਉਚਾਰਨ ਨਾਲ ਉੱਚੀ ਪੜਨਾ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਉਹ ਹੈਗਾ ਥਰਡ ਲਿਖਿਤ ਪਾਠ ਦਾ ਅਰਥ ਜਾਨਣਾ ਠੀਕ ਹੈ ਤਾਂ ਇਹ ਦਾ ਜਿਹੜਾ ਕਿ ਇਹ ਰਾਈਟ ਆਨਸਰ ਹੈਗਾ ਕੋਈ ਵੀ ਚੀਜ਼ ਜੇਕਰ ਲਿਖੀ ਹੋਈ ਆ ਜੇਕਰ ਉਹਦਾ ਸਾਨੂੰ ਅਰਥ ਸਮਝ ਨਹੀਂ ਆ ਰਿਹਾ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਰੀਡਿੰਗ ਜਿਹੜੀ ਕਿ ਇਹ ਬਹੁਤ ਵਧੀਆ ਹੈਗੀ ਆ ਪਾਠ ਦੀ ਪੜਤਾਂ ਯਾਨੀ ਕਿ ਰੀਡਿੰਗ ਦੇ ਬਾਰੇ ਗੱਲ ਕੀਤੀ ਗਈ ਹੈ ਪਾਠ ਦੇ ਹਰੇਕ ਸ਼ਬਦ ਨੂੰ ਪੜੀ ਜਾਣਾ ਇਕੱਲੇ ਪੜਨ ਨਾਲ ਅਸੀਂ ਉਹ ਚੀਜ਼ ਨੂੰ ਨਹੀਂ ਸਮਝ ਸਕਾਂਗੇ ਵੀ ਕੀ ਦਿੱਤਾ ਗਿਆ ਇਕੱਲੇ ਵਿਰਾਮ ਚਿੰਨਾਂ ਦੇ ਉੱਪਰ ਧਿਆਨ ਕੇਂਦ੍ਰਿਤ ਕਰਕੇ ਹੀ ਅਸੀਂ ਉਹ ਚੀਜ਼ ਨੂੰ ਨਹੀਂ ਸਮਝ ਸਕਦੇ ਸ਼ੁੱਧ ਉਚਾਰਨ ਜਾਂ ਉੱਚੀ ਪਾਠਨਾ ਸਾਡੀ ਜਿਹੜੀ ਕੀ ਹੈ ਕੱਲੀ ਪ੍ਰਨੰਸੀਏਸ਼ਨ ਜਾਂ ਅਸੀਂ ਕਹਿ ਸਕਦੇ ਬੋਲਣ ਦੇ ਤਰੀਕੇ ਦਾ ਢੰਗ ਨੂੰ ਜਿਹੜਾ ਕਿ ਅਸੀਂ ਕਹਿ ਸਕਦੇ ਕਿ ਵਧੀਆ ਹੋ ਜੂਗਾ ਬਟ ਜੇਕਰ ਅਸੀਂ ਪਾਠ ਦੀ ਪੜਤ ਬਾਰੇ ਗੱਲ ਕੀਤਾ ਵੀ ਕਿਵੇਂ ਉਹ ਤੁਸੀਂ ਕੋਈ ਟਾਪਿਕ ਦਿੱਤਾ ਤੁਸੀਂ ਉਸ ਚੀਜ਼ ਨੂੰ ਪੜ੍ਹਨਾ ਤਾਂ ਉਹਦੇ ਲਿਖਿਤ ਪਾਠ ਦਾ ਅਰਥ ਜਾਨਣਾ ਬਹੁਤ ਜ਼ਰੂਰੀ ਹੈ ਜੇਕਰ ਉਹ ਚੀਜ਼ਾਂ ਤੁਹਾਨੂੰ ਨਹੀਂ ਸਮਝ ਆਉਣਗੀਆਂ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਤੁਸੀਂ ਕੀ ਪੜ੍ਹ ਰਹੇ ਹੋ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਫਿਰ ਇਹ 3rd ਹੀ ਬੰਦ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਦੇ ਅਧਿਆਪਨ ਦਾ ਉਦੇਸ਼ ਨਹੀਂ ਹੈ 네ਗੇਟਿਵ ਪੁੱਛਿਆ 네ਗੇਟਿਵ ਵਾਲੇ ਖਾਸ ਕਰ ਧਿਆਨ ਦੇਣੇ ਆ ਹੁਣ ਤੁਸੀਂ ਕੀ ਕਰਨਾ ਪਹਿਲਾਂ ਪੋਜ਼ਿਟਿਵ ਪੋਜ਼ਿਟਿਵ ਵਾਲੇ ਪੁਆਇੰਟ ਕੱਢ ਲਓ 네ਗੇਟਿਵ ਜਿਹੜੇ ਕੀ ਆ ਖੁਦ ਬਖੁਦ ਆਪਣੇ ਆਪ ਉੱਪਰ ਆ ਜਾਊਗਾ ਫਰਸਟ ਹੈਗਾ ਕੀ ਆਪਾਂ ਇਹਨਾਂ ਨੇ ਕੁਐਸਚਨ ਪੁੱਛਿਆ ਭਾਸ਼ਾ ਦੇ ਅਧਿਆਪਨ ਜਾਨੀ ਕਿ ਲੈਂਗੁਏਜ ਟੀਚ ਨੂੰ ਪੜਾਉ ਲੈਂਗੁਏਜ ਨੂੰ ਪੜਾਉਣ ਦਾ ਤਰੀਕਾ ਨਹੀਂ ਹੈਗਾਗਾ ਫਰਸਟ ਹੈ ਸੂਜ ਬੂਨ ਨਾਲ ਪੜਾਉਣ ਦੀ ਯੋਗਤਾ ਕੀ ਤੁਹਾਨੂੰ ਲੱਗਦਾ ਇਹ ਪੋਜ਼ਿਟਿਟਿਵ ਹੈ ਜਾਂ 네ਗੇਟਿਵ ਕਿਸੋ ਸਮਝ ਕੇ ਪੜੋਣਾ ਠੀਕ ਹੈ ਉਸ ਚੀਜ਼ ਨੂੰ ਤਾਂ ਇਹਦਾ ਜਿਹੜਾ ਜੇਕਰ ਆਪਾਂ ਕਹੀਏ ਹੁਣ ਆਪਾਂ ਪਹਿਲਾ ਪੋਜ਼ਿਟਿਵ ਵਰਡ ਕੱਢਾਂਗੇ ਫਸਟ ਜਿਹੜਾ ਕਿ ਇਹ ਪੋਜ਼ਿਟਿਵ ਪੁਆਇੰਟ ਹੈਗਾ ਕਿਸੇ ਵੀ ਚੀਜ਼ ਨੂੰ ਅਸੀਂ ਸੂਝਬੂਝ ਪੜਨ ਦੀ ਯੋਗਤਾ ਕਰਦੇ ਹਾਂ ਸੈਕੰਡ ਜੇਕਰ ਅਸੀਂ ਗੱਲ ਕਰੀਏ ਕੋਸ਼ਿਸ਼ ਕਰਕੇ ਵਿਚਾਰਾਂ ਨੂੰ ਪ੍ਰਗਟ ਹੋਣਾ ਕੋਸ਼ਿਸ਼ ਕਰਨਾ ਠੀਕ ਹੈ ਤੇ ਉਸ ਤੋਂ ਬਾਅਦ ਵਿਚਾਰਾਂ ਨੂੰ ਪ੍ਰਗਟ ਹੋਣਾ ਸੈਕੰਡ ਥਰਡ ਦੇਖਦੇ ਹਾਂ ਉਹ ਸੁਣਦੇ ਹਨ ਤੇ ਉਸ ਨੂੰ ਸਮਝਣ ਦੀ ਸਮਰੱਥਾ ਠੀਕ ਹੈ ਜੋ ਵੀ ਅਸੀਂ ਸੁਣਦੇ ਹੈਗੇ ਹਾਂ ਠੀਕ ਹੈ ਕੀ ਉਸ ਨੂੰ ਸਮਝਣ ਦੀ ਸਮਰੱਥਾ ਹੁੰਦੀ ਹੈ ਵੀ ਜਿਹੜੀ ਚੀਜ਼ ਸੁਣੀ ਤਾਂ ਉਹਦੇ ਵਿੱਚ ਸਾਨੂੰ ਉਸ ਚੀਜ਼ ਦੇ ਬਾਰੇ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਚੀਜ਼ ਨੂੰ ਸਮਝ ਰਹੇ ਹਾਂ ਤਾਂ ਇਹ ਵੀ ਇੱਕ ਪੋਜ਼ਿਟਿਵ ਪੁਆਇੰਟ ਆ ਫੋਰਥ ਹੈਗਾ ਤਰਕ ਸੰਗਤ ਲਿਖਿਤ ਸਿਰਜਣਾ ਜਾਨੀ ਕਿ ਕ੍ਰੀਏਟੀਵਿਟੀ ਤੇ ਲੌਜਿਕ ਦੀ ਬਾਰੇ ਗੱਲ ਕੀਤੀ ਗਈ ਹੈ ਸਾਡਾ ਮਾਈਂਡ ਵੀ ਯੂਜ਼ ਹੁੰਦਾ ਤੇ ਸਾਡੀ ਕ੍ਰੀਏਟੀਵਿਟੀ ਵੀ ਕੰਮ ਹੁੰਦੀ ਹੈ ਲਿਖਿਤ ਤੇ ਵਿੱਚ ਤਾਂ ਅਸੀਂ ਕਿਸ ਦੇ ਪੋਜ਼ਿਟਿਵ ਆ ਜੇਕਰ ਇਹਦਾ 네ਗੇਟਿਵ ਪੁਆਇੰਟ ਹੈਗਾ ਉਹ ਹੈਗਾ ਕੋਸ਼ਿਸ਼ ਕਰਕੇ ਵਿਚਾਰਾਂ ਨੂੰ ਪ੍ਰਗਟਾਉਣਾ ਇਕੱਲੇ ਕੋਸ਼ਿਸ਼ ਕਰਕੇ ਵਿਚਾਰਾਂ ਨੂੰ ਅਸੀਂ ਪ੍ਰਗਟਾ ਨਹੀਂ ਸਕਦੇਗੇ ਠੀਕ ਹੈ ਬਾਕੀ ਤਿੰਨੇ ਪੁਆਇੰਟ ਪੋਜ਼ਿਟਿਵ ਆ ਤਾਂ ਜੇਕਰ ਰੋਂਗ ਹੈਗਾ ਕੀ ਉਦੇਸ਼ ਨਹੀਂ ਬੰਦਾ ਕੋਸ਼ਿਸ਼ ਕਰਨ ਤੇ ਵਿਚਾਰਾਂ ਨੂੰ ਪ੍ਰਗਟਾਉਣਾ ਇਹ ਜਿਹੜਾ ਕੀ ਆ ਭਾਸ਼ਾ ਦੇ ਆਪਨ ਦਾ ਉਦੇਸ਼ ਨਹੀਂ नहीं है। है? Next question कर। आत्मिक बहुत ज्यादा डैश संबंधित है ठीक है किनिआत्मिक फस्ट हैगी सुन योग्यता सैकेंड है बोलन योग्यता थर्ड है पढ़न योग्यता फोरथ है लिखण योग्यता तुनियात्मिक जाने की ਜਿਸ ਚੀਜ਼ ਨੂੰ ਅਸੀਂ ਬੋਲ ਰਹੇ ਆ ਕਿਸ ਤਰੀਕੇ ਨਾਲ ਬੋਲੀ ਜਾ ਰਹੀ ਆ ਉਹ ਸਾਊਂਡ ਨਾਲ ਮਤਲਬ ਹਨਾ ਦੁਨੀਆ ਨਾਲ ਮਤਲਬ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਉਹ ਹੈਗਾ ਪੜਨ ਯੋਗਤਾ ਠੀਕ ਹੈ ਰੀਡਿੰਗ ਦੇ ਨਾਲ ਇਹਦਾ ਹੈਗਾ ਦੇਖੋ ਸੁਣਨ ਯੋਗਤਾ ਇਹ ਤਾਂ ਹੋ ਗਈ ਲਿਸਨਿੰਗ ਠੀਕ ਹੈ ਬੋਲਣ ਯੋਗ ਨਾਲ ਸਪੀਕਿੰਗ ਹੋ ਗਈ ਲਿਖਤ ਰਾਈਟਿੰਗ ਹੋ ਗਈ ਤਾਂ ਪੜਤ ਯੋਗਤਾ ਕੀ ਹੋ ਗਈ ਤੁਨੇ ਆਤਮਿਕ ਠੀਕ ਹੈ ਤਾਂ ਇਸ ਤਰੀਕੇ ਨਾਲ ਅਸੀਂ ਕਹਿ ਕੈਸਾ ਹੁੰਦਾ ਕਿ ਤੁਨੀਆ ਆਤਮਿਕ ਜਿਹੜੀ ਕੀ ਹੁੰਦੀ ਆ ਉਹ ਪੜਨ ਯੋਗਤਾ ਨਾਲ ਆ ਕਿ ਵੀ ਤੁਸੀਂ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਬੋਲਦੇ ਹੋ ਕਿਸ ਤਰੀਕੇ ਨਾਲ ਉਸ ਚੀਜ਼ ਦੀ ਪ੍ਰਨੰਸੀਏਸ਼ਨ ਕਰਦੇ ਹੋ ਤਾਂ ਇਹ ਤੁਹਾਡੀ ਰੀਡਿੰਗ ਸਕਿੱਲ ਦੇ ਨਾਲ ਜਿਹੜੀ ਕੀ ਆ ਜਿਆਦਾ ਸਬੰਧਿਤ ਠੀਕ ਹੈ ਨੈਕਸਟ ਕੁਐਸਚਨ ਹੈਗਾ ਨੋਰਮ ਚਮੈਸਕੀ ਦਾ ਮੰਨਣਾ ਹੈ ਕਿ ਭਾਸ਼ਾ ਲਈ ਬੱਚਿਆਂ ਕੋਲ ਡੈਸ਼ ਦੀ ਆਂਤ੍ਰਿਕ ਯੋਗਤਾ ਹੁੰਦੀ ਹੈ ਕੋਨੇ ਨੋਮ ਚਮੈਸਕੀ ਠੀਕ ਹੈ ਜਿਨ੍ਹਾਂ ਨੇ ਆਪਾਂ ਨੂੰ ਐਲ ਏ ਡੀ ਜਿਹੜੀ ਦਿੱਤੀ ਸੀ ਉਹ ਕਹਿੰਦੇ ਸੀ ਕਿ ਬੱਚੇ ਜਿਹੜੀ ਕਿ ਇਹ ਭਾਸ਼ਾ ਗ੍ਰਹਿ ਕਰਦੇ ਆ ਠੀਕ ਹੈ ਉਹਨਾਂ ਦੇ ਮਾਈਂਡ ਵਿੱਚ ਇੱਕ ਡਿਵਾਈਸ ਲੱਗਿਆ ਹੁੰਦਾ ਜਿਹਨੂੰ ਕਹਿੰਦੇ ਆ ਲੈਂਗੁਏਜ ਇਕਵਾਇਰ ਡਿਵਾਈਸ ਯਾਨੀ ਕਿ ਐਲ ਏ ਡੀ ਦਾ ਪੂਰਾ ਨਾਮ ਠੀਕ ਹੈ ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਨੋਮ ਚਮੈਸਕੀ ਨੇ ਭਾਸ਼ਾ ਨੂੰ ਕੀ ਕਿਹਾ ਹੈਗਾ ਕਿ ਬੱਚੇ ਕਿਸ ਤਰੀਕੇ ਨਾਲ ਭਾਸ਼ਾ ਜਿਹੜੀ ਕੀ ਇਹ ਕੀ ਕਰਦੇ ਆ ਗ੍ਰੈਂਡ ਸ਼ੀਲ ਕਰਦੇ ਆ ਇਹ ਨੇ ਗ੍ਰੈਂਡ ਸ਼ੀਲਤਾ ਦੇ ਬਾਰੇ ਦੱਸਿਆ ਨਾ ਕਿ ਇਹ ਨੇ ਨਾ ਤਾਂ ਨਕਲ ਬਾਰੇ ਦੱਸਿਆ ਨਾ ਇਹ ਨੇ ਰੂਪਾਂਤਰ ਬਾਰੇ ਦੱਸਿਆ ਨਾ ਹੀ ਕੋਈ ਅਨੁਵਾਦ ਬਾਰੇ ਦੱਸਿਆ ਤੇ ਇਹ ਤਾਂ ਨਾਰਮਲ ਸੀ ਜਿਹਨੂੰ ਵੀ ਇਹ ਥਿਊਰੀ ਬਾਰੇ ਪਤਾ ਹਨਾ ਨੋਮ ਚਮੈਸਕੀ ਬਾਰੇ ਤਾਂ ਉਹਦੇ ਲਈ ਇਹ ਬਿਲਕੁਲ ਹੀ ਰਾਈਟ ਆਨਸਰ ਜਾਊਗਾ ਇਹ ਨੇ ਗ੍ਰੈਂਡਤਾ ਬਾਰੇ ਗੱਲ ਕੀਤੀ ਇਹ ਕਹਿੰਦਾ ਭਾਸ਼ਾ ਜਿਹੜੀ ਕਿ ਬੱਚੇ ਗ੍ਰਹਿ ਕਰਦੇ ਆ ਉਹਨਾਂ ਦੇ ਮਾਈਂਡ ਵਿੱਚ ਇੱਕ ਐਲਡੀ ਨਾ ਦਾ ਜਿਹੜਾ ਕੀ ਇਹ ਡਿਵਾਈਸ ਹੁੰਦਾ ਹੈ ਜਿਹਦੇ ਤੋਂ ਬੱਚੇ ਭਾਸ਼ਾ ਗ੍ਰਹਿਣ ਕਰਦੇ ਆ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਜੀ ਭਾਸ਼ਾਈ ਕੋਸ਼ਲਾਂ ਦੀ ਸਿੱਖਿਆ ਡੈਸ਼ ਰਾਈਂ ਦੇਣੀ ਚਾਹੀਦੀ ਹੈ ਠੀਕ ਹੈ ਲੈਂਗ ਕੀ ਦੇ ਬਾਰੇ ਗੱਲ ਕੀਤੀ ਗਈ ਹੈ ਲ ਉਹਦੇ ਬਾਰੇ ਭਾਸ਼ਾਈ ਕੋਸ਼ਲਾਂ ਬਾਰੇ ਗੱਲ ਕੀਤੀ ਗਈ ਹੈ ਲੈਂਗੁਏਜ ਸਕਿਲਸ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਐਜੂਕੇਸ਼ਨ ਵਿੱਚ ਡੈਸ਼ ਰਾਈਂ ਦੇਣੀ ਚਾਹੀਦੀ ਹੈ ਫਸਟ ਹੈ ਅਨੁਸਰਨ ਰਾਹੀਂ ਠੀਕ ਹੈ ਸੈਕਿੰਡ ਹੈ ਕੀ ਹੈ ਜੀ ਵਿਅਕਤੀਗਤ ਤੇ ਇੱਕ ਇਕਲਲ ਥਰਡ ਹੈ ਵਿਆਖਣ ਰਾਹੀਂ ਫੋਰਥ ਹੈ ਸੰਗਠਿਤ ਢੰਗ ਰਾਹੀਂ ਤਾਂ ਜੇਕਰ ਆਪਾਂ ਇਹਦਾ ਰਾਈਟ ਆਨਸਰ ਦੇਖੀਏ ਤਾਂ ਇਹਦਾ ਰਾਈਟ ਆਨਸਰ ਹੈਗਾ ਜੀ ਸੰਗਠਿਤ ਢੰਗ ਰਾਹੀਂ ਸੰਗਠਿਤ ਉਹ ਹੁੰਦਾ ਔਰਗੇਨਾਈਜ਼ਡ ਠੀਕ ਹੈ ਇਹਨੂੰ ਇੰਗਲਿਸ਼ ਦੇ ਵਿੱਚ ਔਰਗੇਨਾਈਜ਼ਡ ਮੈਥਡ ਕਹਿੰਦੇ ਆ ਮਤਲਬ ਜਿਹਦੇ ਵਿੱਚ ਭਾਸ਼ਾ ਕੋਸ਼ਲਾ ਨੂੰ ਸਿੱਖਿਆ ਰਾਹੀ ਹੀ ਦੇਣੀ ਚਾਹੀਦੀ ਹੈ ਸੰਗਠਿਤ ਢੰਗ ਨਾਲ ਦੇਣੀ ਚਾਹੀਦੀ ਹੈ ਕਿ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਤੁਸੀਂ ਬੱਚੇ ਦੇ ਮਾਈਂਡ ਵਿੱਚ ਲੈ ਕੇ ਆਣਾ ਕਿ ਬੱਚਾ ਖੁਦ ਬਖੋਦੋ ਭਾਸ਼ਾ ਕੋਸ਼ਰਾਂ ਨੂੰ ਸਿੱਖਣ ਲੱਗ ਜਾਈ ਠੀਕ ਹੈ ਤਾਂ ਕੋਈ ਚੀਜ਼ ਨੂੰ ਚੰਗੀ ਤਰ੍ਹਾਂ ਉਸ ਚੀਜ਼ ਨੂੰ ਸੰਗਠਿਤ ਕੀਤਾ ਜਾਵੇ ਜਾਨੀ ਕਿ ਆਰਗੇਨਾਈਜ਼ਡ ਕੀਤਾ ਜਾਵੇ ਤਾਂ ਇਹ ਇਹਦਾ ਰਾਈਟ ਆਨਸਰ ਆ ਨੈਕਸਟ ਕੁਐਸਚਨ ਦੀ ਗੱਲ ਕਰੀਏ ਇੱਕ ਅਧਿਆਪਕ ਸਖਿਆੜਦੂ ਨੂੰ ਚਿੱਤਰਕਾਰੀ ਤੇ ਰੰਗ ਭਰਨ ਲਈ ਪ੍ਰੇਰਿਤ ਕਰ ਰਿਹਾ ਹੈ ਠੀਕ ਹੈ ਕੀ ਕਰ ਰਿਹਾ ਹੈ ਜਾਨੀ ਕਿ ਇੱਕ ਚિત੍ਰਕਾਰੀ ਉਹਨੂੰ ਡਰਾਇੰਗ ਕਰਨ ਲਈ ਬੱਚੇ ਨੂੰ ਜਿਹੜਾ ਕੀ ਆ ਮੋਟੀਵੇਟ ਕਰ ਰਿਹਾ ਉਹ ਕੀ ਕਰ ਰਿਹਾ ਫਸਟ ਹੈ ਜਮਾਤ ਵਿੱਚ ਐਵੇਂ ਕਿਉਂ ਕਰ ਰਿਹਾ ਟੀਚਰ ਕਿ ਜਮਾਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਸਖਿਆਰਤੀ ਨੂੰ ਪ੍ਰੇਰਿਤ ਕਰ ਰਿਹਾ ਹੈ ਤਾਂ ਜੋ ਜਾਨੀ ਕਿ ਕਲਾਸ ਦੇ ਵਿੱਚ ਸ਼ਾਂਤੀ ਰਹੇ ਇਸ ਲਈ ਬੱਚੇ ਨੂੰ ਮੋਟੀਵੇਟ ਕਰ ਰਿਹਾ ਵੀ ਤੂੰ ਇਸ ਚੀਜ਼ ਦੇ ਉੱਪਰ ਐਵੇਂ ਰੰਗ ਪਰ ਸੈਕੰਡ ਹੈ ਚੰਗੀ ਮੋਟਰ ਸਕਿੱਲ ਵਿਕਸਿਤ ਕਰ ਰਿਹਾ ਹੈ ਠੀਕ ਹੈ ਥਰਡ ਹੈ ਬੱਚਿਆਂ ਨੂੰ ਨਵੀ ਪਨੀਰੀ ਦੇ ਕਲਾਕਾਰ ਨੋ ਥਾਂ ਦੇ ਰਿਹਾ ਹੈ ਜਾਂ ਫੋਰਥ ਹੈ ਵਿਦਿਆਰਥੀਆਂ ਨੂੰ ਇੱਕ ਕਾਰਜ ਵਿੱਚ ਲਗਾ ਰਿਹਾ ਹੈ ਠੀਕ ਹੈ ਦੇਖੋ ਕੱਲੇ ਕੰਮ ਦੇ ਵਿੱਚ ਲਗਾ ਦੇਣਾ ਠੀਕ ਹੈ ਜਿਦੇ ਨਾਲ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਬੱਚੇ ਦੀ ਕੋਈ ਆਪਣੇ ਵੱਲੋਂ ਕ੍ਰੀਏਟੀਵਿਟੀ ਹੋ ਰਹੀ ਹੈ ਠੀਕ ਹੈ ਇਹ ਤਾਂ ਕੰਮ ਥੋਪਿਆ ਗਿਆ ਹੋਗਾ ਠੀਕ ਹੈ ਨਵੀਂ ਪਨੀਰੀ ਦੇ ਕਲਾਕਾਰ ਆਪਾਂ ਨਹੀਂ ਲੈ ਕੇ ਆਉਣੇ ਉਹਨਾਂ ਨੂੰ ਕੋਈ ਕਲਾਕਾਰ ਨਹੀਂ ਬਣਾਉਣਾਗਾ ਠੀਕ ਹੈ ਇਹ ਇੱਕ ਤਰੀਕੇ ਦੀ ਕੋਈ ਐਕਟੀਵਿਟੀ ਆ ਜਿਦੇ ਵਿੱਚ ਬੱਚੇ ਦਾ ਇੰਟਰਸਟ ਪੈਦਾ ਹੋਵੇ ਠੀਕ ਹੈ ਜੇਕਰ ਆਪਾਂ ਫਰਸਟ ਪੁਆਇੰਟ ਦੀ ਗੱਲ ਕਰੀਏ ਕੱਲੇ ਜਮਾਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਬੱਚੇ ਰੋਲਾ ਪਾ ਰਹੇ ਆ ਕਲਾਸ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਕਹੀਏ ਕਿ ਤੁਸੀਂ ਡਰਾਇੰਗ ਕਰਨ ਲੱਜੋ ਤੇ ਇਹਦੇ ਨਾਲ ਬੱਚੇ ਜਿਹੜੇ ਕੀ ਆ ਪ੍ਰੇਰਿਤ ਹੋ ਜਾਣਗੇ ਇਹ ਚੀਜ਼ ਨਹੀਂ ਹੈਗੀ ਜੇਕਰ ਇੱਥੇ ਕਲਾ ਦਿੱਤਾ ਹੁੰਦਾ ਸਖਿਆਰਥੀ ਦੇ ਪ੍ਰੇਰਿਤ ਜਾਂ ਕੁਝ ਹੋਰ ਐਕਟੀਵਿਟੀ ਦੇ ਨਾਲ ਤਾਂ ਅਸੀਂ ਕਹਿ ਸਕਦੇ ਸੀ ਕਿ ਕੁਐਸਚਨ ਦਾ ਇਹ ਰਾਈਟ ਆਨਸਰ ਬਣ ਸਕਦਾ ਬਟ ਇੱਥੇ ਇਹਨਾਂ ਨੇ ਕੀ ਦਿੱਤਾ ਜਮਾਤ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਤਾਂ ਅਸੀਂ ਕੋਈ ਵੀ ਕੰਮ ਕਲਾਸ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਨਹੀਂ ਕਰਦੇ ਜੇਕਰ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਚੰਗੀ ਮੋਟਰ ਸਕਿੱਲ ਵਿਕਸਿਤ ਕਰ ਰਹੇ ਆ ਠੀਕ ਹੈ ਮੋਟਰ ਸਕਿੱਲ ਉਹਦੇ ਵਿੱਚ ਬੱਚੇ ਚ ਪੈਦਾ ਹੋ ਰਹੀ ਹੈ ਜਿਹਦੇ ਨਾਲ ਬੱਚਾ ਜਿਹੜਾ ਕੀ ਆ ਵਧੀਆ ਤਰੀਕੇ ਨਾਲ ਉਹ ਚੀਜ਼ ਕਰ ਰਿਹਾ ਠੀਕ ਹੈ ਮੋਟਰ ਸਕਿੱਲ ਨਾਲ ਕੀ ਹੁੰਦਾ ਬੱਚੇ ਦੀ ਪ੍ਰੈਕਟਿਸ ਹੁੰਦੀ ਹੈ ਬੱਚੇ ਨੂੰ ਬਹੁਤ ਸਰੀਆਂ ਚੀਜ਼ਾਂ ਦਾ ਐਕਸਪੀਰੀਅੰਸ ਹੁੰਦਾ ਠੀਕ ਹੈ ਤਾਂ ਇੱਕ ਚੰਗੀ ਮੋਟਰ ਸਕਿੱਲ ਵਿਕਸਿਤ ਕਰਨ ਲਈ ਇਹ ਚੀਜ਼ ਆਪਾਂ ਕਰਦੇ ਆ ਕਿ ਬੱਚੇ ਨੂੰ ਜਿਹੜਾ ਕੀ ਆ ਬੱਚਾ ਮੋਟੀਵੇਟ ਹੋਵੇ ਇਸ ਚੀਜ਼ਾਂ ਨੂੰ ਕਰਨ ਲਈ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰ ਲੈਣੇ ਆ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਅਭਿਆਸ ਜ਼ੁਬਾਨੀ ਭਾਸ਼ਾ ਕੋਸ਼ਲ ਵਿਕਸਿਤ ਕਰਨ ਲਈ ਸਭ ਤੋਂ ਚੰਗਾ ਸਹਾਇਕ ਹੈ? ਕੀ ਕਰਨਾ ਹੈ ਇਹਦੇ ਵਿੱਚ ਆਪਾਂ ਅਭਿਆਸ ਪ੍ਰੈਕਟਿਸ ਕਰਾਣੀ ਆ ਜ਼ੁਬਾਨੀ ਭਾਸ਼ਾ ਠੀਕ ਹੈ ਵਿਕਸਿਤ ਕਰਨ ਲਈ ਤਾਂ ਫਰਸਟ ਹੈਗਾ ਵਿਅਕਤੀਗਤ ਅਤੇ ਸਮੂਹ ਵਿੱਚ ਕਵਿਤਾ ਦਾ ਗਾਇਨ ਕਰਵਾਉਣਾ ਯਾਨੀ ਕਿ ਇਕੱਲੇ-ਇਕੱਲੇ ਤੇ ਗਰੁੱਪ ਦੇ ਵਿੱਚ ਇੱਕ ਕਵਿਤਾ ਨੂੰ ਬੋਲਣ ਲਈ ਕਹਿਣਾ ਸੈਕੰਡ ਹੈ ਕਿਸੇ ਭੂਮਿਕਾ ਨੂੰ ਨਿਭਾਉਣ ਵਿੱਚ ਹਿੱਸਾ ਲੈਣਾ ਯਾਨੀ ਕਿ ਕਿਸੇ ਦਾ ਰੋਲ ਅਦਾ ਕਰਨ ਲਈ ਕਹਿਣਾ ਠੀਕ ਹੈ ਥਰਡ ਹੈ ਅਧਿਆਪਕ ਦੇ ਪਿੱਛੇ-ਪਿੱਛੇ ਪਾਠ ਪੁਸਤਕ ਚਾਲੇ ਕਿਸੇ ਵੀ ਪਾਠ ਦੀ ਸਮੂਹਿਕ ਪੜਤ ਯਾਨੀ ਕਿ ਟੀਚਰ ਬੋਲੀ ਜਾਂਦਾ ਤੇ ਬੱਚੇ ਜਿਹੜੇ ਕੀ ਆ ਪਿੱਛੇ-ਪਿੱਛੇ ਬੋਲ ਰਹੇ ਆ ਠੀਕ ਹੈ ਤੇ फोर्थ ਹੈ ਅਧਿਆਪਕ ਦੇ ਪਿੱਛੇ-ਪਿੱਛੇ ਸਮੂਹਿਕ ਰੂਪ ਵਿੱਚ ਭਾਸ਼ਾ ਦੇ ਸ਼ੁੱਧ ਉਚਾਰਨ ਦਾ ਅਭਿਆਸ ਕਰਾਣਾ ਜਾਨੀ ਕਿ ਗਰੁੱਪ ਦੇ ਵਿੱਚ ਬਿਠਾ ਕੇ ਜਵਾਕਾਂ ਨੂੰ ਤੇ ਜਿਵੇਂ-ਜਿਵੇਂ ਟੀਚਰ ਬੋਲ ਰਿਹਾ ਉਸ ਤਰੀਕੇ ਨਾਲ ਉਹਨਾਂ ਨੂੰ ਬੁਲਾਉਣਾ ਜਿਦੇ ਨਾਲ ਉਹਨਾਂ ਦਾ ਸ਼ੁੱਧ ਉਚਾਰਨ ਦਾ ਅਭਿਆਸ ਹੋਵੇ ਕੀ ਕਰਾ ਰਹੇ ਆ ਆਪਾਂ ਜ਼ੁਬਾਨੀ ਭਾਸ਼ਾ ਕੋਸ਼ਲ ਵਿਕਸਿਤ ਕਰਾਣੀ ਆ ਬੱਚੇ ਦੇ ਵਿੱਚ ਤਾਂ ਇਹਦਾ ਕੀ ਰਾਈਟ ਆਨਸਰ ਆਊਗਾ ਇਹਦਾ ਰਾਈਟ ਆਨਸਰ ਹੈਗਾ ਜੀ ਉਹ ਹੈਗਾ ਕਿਸੇ ਵੀ ਭੂਮਿਕਾ ਨੂੰ ਬੋਣ ਵਿੱਚ ਹਿੱਸਾ ਲੈਣਾ ਠੀਕ ਹੈ ਕਿਉਂ ਕਿ ਜੇਕਰ ਬੱਚਾ ਕਿਸੇ ਦਾ ਰੋਲ ਅਦਾ ਕਰੂਗਾ ਉਹਦੇ ਵਿੱਚ ਕੀ ਹੋਗਾ ਜ਼ੁਬਾਨੀ ਠੀਕ ਹੈ ਉਹ ਭਾਸ਼ਾ ਕੋਸ਼ਲ ਕਰਨ ਦਾ ਸਭ ਤੋਂ ਵੱਧ ਵਧੀਆ ਸਹਾਇਕ ਹੋਊਗਾ ਠੀਕ ਹੈ ਇਕੱਲੇ ਉਹਨਾਂ ਨੂੰ ਵਿਅਕਤੀਗਤ ਤੇ ਸਮੂਹ ਵਿੱਚ ਅਸੀਂ ਕਵਿਤਾ ਦਾ ਗਾਇਨ ਨਹੀਂ ਕਰਾ ਸਕਦੇ ਅਧਿਆਪਕ ਦੇ ਪਿੱਛੇ ਪਿੱਛੇ ਬੋਲ ਕੇ ਪਾੜ ਪੁਸਤਕ ਉਹਦੇ ਵਿੱਚ ਕੋਈ ਇੰਟਰਸਟ ਜਾਂ ਉਹ ਚੀਜ਼ ਨਹੀਂ ਪੈਦਾ ਹੋਗੀ ਫਿਰ ਤਾਂ ਉਹ ਕਿਸੇ ਡਰ ਤੋਂ ਹੀ ਇਹ ਚੀਜ਼ਾਂ ਕਰੂਗਾ ਤੇ ਇਹਦੇ ਵਿੱਚ ਵੀ ਫੇਰ ਉਹ ਅਗੇਨ ਉਹੀ ਚੀਜ਼ ਆ ਗਈ ਕਿ ਅਧਿਆਪਕ ਦੇ ਪਿੱਛੇ ਪਿੱਛੇ ਸਮੂਹ ਗਰੁੱਪ ਵਿੱਚ ਬਣਾ ਕੇ ਤੇ ਉਹਨਾਂ ਨੂੰ ਸ਼ੁੱਧ ਉਚਾਰਨ ਕਰਨਾ ਨਹੀਂ ਜੇਕਰ ਬੱਚਾ ਕਿਸੇ ਦੀ ਭੂਮਿਕਾ ਨਿਭਾਊਗਾ ਉਹਦੇ ਵਿੱਚ ਉਹਦਾ ਜਿਹੜਾ ਕੀ ਹੈ ਜ਼ੁਬਾਨੀ ਜਿਹੜਾ ਕੀ ਹੈ ਅਭਿਆਸ ਵੀ ਹੋਊਗਾ ਪ੍ਰੈਕਟਿਸ ਵੀ ਹੋਊਗੀ ਠੀਕ ਹੈ ਤੇ ਭਾਸ਼ਾ ਕੌਸ਼ਲ ਦਾ ਵਿਕਸਿਤ ਵੀ ਹੋਊਗੀ ਤਾਂ ਇਹ ਇਹਦਾ ਰਾਈਟ ਆਨਸਰ ਹੈਗਾ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਹੈ ਤੀਜੀ ਜਮਾਤ ਦਾ ਇਕ ਅਧਿਆਪਕ ਵਿਦਿਆਰਥੀ ਨੂੰ ਅਧਿਆਏ ਵਿੱਚ ਦਿੱਤੀ ਕਹਾਣੀ ਦੇ ਯੋਗ ਕ੍ਰਮ ਅਨੁਸਾਰ ਤਰਤੀਬ ਦੇਣ ਲਈ ਕਹਿੰਦਾ ਹੈ ਇਹ ਕਾਰਜ ਡੈਸ਼ ਵਿੱਚ ਮਦਦ ਕਰੇਗਾ ਕੀ ਹੈ ਤੀਜੀ ਕਲਾਸ ਦਾ ਇੱਕ ਬੱਚਾ ਹੈਗਾ ਜਿਹਦੇ ਵਿੱਚ ਅਧਿਆਪਕ ਜਿਹੜਾ ਵਿਦਿਆਰਥੀ ਨੂੰ ਕੀ ਕਹਿ ਰਿਹਾ ਪਾਠ ਦੇ ਅਧਿਆਏ ਨੂੰ ਪੜਨ ਵਾਸਤੇ ਕਹਿ ਰਿਹਾ ਤੇ ਦਿੱਤੀ ਹੋਈ ਕਹਾਣੀ ਕੋਈ ਕਹਾਣੀ ਦਿੱਤੀ ਹੈ ਤਾਂ ਉਹਨਾਂ ਨੂੰ ਕ੍ਰਮ ਦੇ ਵਿੱਚ ਲਗਾਉਣ ਲਈ ਕਹਿ ਰਿਹਾ ਤਾਂ ਇਹ ਕੀ ਕਿਦੇ ਵਿੱਚ ਹੈਲਪ ਕਰ ਰਿਹਾ ਬੱਚੇ ਦੀ ਫਸਟ ਹੈ ਸੂਝ ਪੂਝ ਨਾਲ ਪੜਨ ਵਿੱਚ ਸੈਕੰਡ ਹੈ ਬੁੱਧੀ ਸੰਗਤ ਤੇ ਇਨਪੁਟ ਵਿੱਚ 3rd ਹੈ ਉਹਨਾਂ ਦੇ ਲੇਖਣ ਕੋਸ਼ਲ ਵਧਾਉਣ ਵਿੱਚ 4th ਹੈ ਵਿਦਿਆਰਥੀਆਂ ਦੇ ਗੱਲਬਾਤ ਦੇ ਸਮੇਂ ਨੂੰ ਵਧਾਉਣ ਵਿੱਚ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਜੀ ਉਹ ਹੈਗਾ ਫਸਟ ਸੂਝ-ਬੂਝ ਨਾਲ ਪੜਾਉਣ ਵਿੱਚ ਕਿਉਂ ਕਿ ਬੱਚੇ ਦਾ ਜਿਹੜਾ ਕਿ ਇੱਥੇ ਮਾਈਂਡ ਲੱਗ ਰਿਹਾ ਆਪਾਂ ਤੀਜੀ ਕਲਾਸ ਦੇ ਬੱਚੇ ਨੂੰ ਕੀ ਦਿੱਤਾ ਹੋਇਆ ਇੱਕ ਕਹਾਣੀ ਦਿੱਤੀ ਆ ਜਿਹਨੂੰ ਅਸੀਂ ਕਹਿ ਰਹੇ ਆ ਕਿ ਤੂੰ ਇਸ ਕਹਾਣੀ ਨੂੰ ਕ੍ਰਮ ਦੇ ਅਨੁਸਾਰ ਲਗਾਣਾ ਹਨਾ ਟੁੱਟਮੀ ਜੀ ਕਹਾਣੀ ਉਹਨੂੰ ਦੇਤੀ ਉਸ ਤੋਂ ਬਾਅਦ ਉਹਨੂੰ ਕਿਹਾ ਵੀ ਤੂੰ ਇਸ ਚੀਜ਼ ਨੂੰ ਸਹੀ ਤਰੀਕੇ ਨਾਲ ਦੱਸ ਹਨਾ ਕਿ ਪੂਰੀ ਕਹਾਣੀ ਕਿਵੇਂ ਬੰਦੀ ਹੈ ਤਾਂ ਬੱਚੇ ਦੀ ਇੱਥੇ ਕੀ ਮਾਈਂਡ ਯੂਜ਼ ਹੋਗਾ ਬੱਚਾ ਉਸ ਚੀਜ਼ ਨੂੰ ਜਿਹੜਾ ਕਿ ਇਹ ਸੂਝ-ਬੂਝ ਨਾਲ ਜਿਹੜਾ ਕੀ ਆ ਕਰੂਗਾ ਠੀਕ ਹੈ ਕੱਲੀ ਬੁੱਧੀਗਤ ਜੇ ਆਪਾਂਗੇ ਬੁੱਧੀ ਸੰਗਤ ਇਨਪੁਟ ਨਾਲ ਕੁਝ ਨਹੀਂ ਹੁੰਦਾ ਜਾਂ ਇਹਦੇ ਵਿੱਚ ਕੋਈ ਲੇਖਨ ਕੋਸ਼ਲ ਨਹੀਂ ਵੱਧ ਰਿਹਾ ਬੱਚੇ ਦਾ ਵਿਦਿਆਰਥੀਆਂ ਦੇ ਗੱਲਬਾਤ ਦੇ ਸਮੇ ਨੂੰ ਹੀ ਵਧਾਉਣਾ ਠੀਕ ਹੈ ਉਹਦੇ ਨਾਲ ਜਿਹੜਾ ਕਿ ਗੱਲਬਾਤ ਕਰਕੇ ਉਹਨਾਂ ਦਾ ਟਾਈਮ ਵਧਾਈ ਜਾਣਾ ਇਹਦੇ ਨਾਲ ਬੱਚੇ ਦੀ ਜਿਹੜੀ ਕਿ ਉਹ ਚੀਜ਼ ਨਹੀਂ ਹੋਊਗੀ ਜੇ ਅਸੀਂ ਕਹੀਏ ਕੁਸ਼ਣ ਦੇ ਅਕੋਰਡਿੰਗ ਜੇਕਰ ਗੱਲ ਹੈਗੀ ਆ ਤਾਂ ਇਹਦਾ ਰਾਈਟ ਆਨਸਰ ਫਸਟ ਹੀ ਬੰਦਾ ਬੱਚਾ ਕਹਾਣੀ ਨੂੰ ਕ੍ਰਮ ਦੇ ਵਿੱਚ ਲਗਾਊਗਾ ਤਾਂ ਕਿਹਦੇ ਨਾਲ ਲਾਊਗਾ ਸੂਝ ਬੂਝ ਨਾਲ ਪੜ੍ਹ ਕੇ ਲਗਾਊਗਾ ਠੀਕ ਹੈ ਉਸ ਚੀਜ਼ ਨੂੰ ਨੈਕਸਟ ਕੁਐਸਚਨ ਹੈਗਾ ਦੂਜੀ ਜਮਾਤ ਦੀ ਇੱਕ ਅਧਿਆਪਕ ਨੇ ਠੀਕ ਹੈ ਜਮਾਤ ਦੇ ਕਮਰੇ ਵਿੱਚ ਵਸਤੂਆਂ ਦੇ ਉੱਪਰ ਨਾਮ ਲਿਖੇ ਆ ਜਾਨੀ ਕਿ ਸੈਕੰਡ ਕਲਾਸ ਦੇ ਬੱਚੇ ਹੈਗੇ ਆ ਤੇ ਇੱਕ ਟੀਚਰ ਨੇ ਟੀਚਰ ਨੇ ਕਲਾਸ ਦੇ ਵਿੱਚ ਕੁਝ ਚੀਜ਼ਾਂ ਰੱਖੀਆਂ ਹੋਈਆਂ ਜਿਦੇ ਦੇ ਉੱਤੇ ਉਹਨੇ ਨਾਮ ਲਿਖੇ ਹੋਏ ਆ ਇਸ ਨਾਲ ਵਿਦਿਆਰਥੀ ਇੱਕ ਖਾਲੀ ਠੀਕ ਹੈ ਸੌਰੀ ਇੱਕ ਅਸਲੀ ਵਸਤੂ ਨੂੰ ਲਿਖਤੀ ਸ਼ਬਦ ਨਾਲ ਮਿਲਾਨ ਕਰਨ ਵਿੱਚ ਮਦਦ ਮਿਲੇਗੀ ਠੀਕ ਹੈ ਕੀ ਹੈ ਅਲੱਗ-ਅਲੱਗ ਚੀਜ਼ਾਂ ਰੱਖੀਆਂ ਜਿਦੇ ਉੱਤੇ ਉਹਨਾਂ ਨਾਮ ਲਿਖੇ ਹੋਏ ਐ ਤੇ ਵਿਦਿਆਰਥੀ ਨੂੰ ਕੀ ਕੀਤਾ ਦੱਸਿਆ ਹੋਇਆ ਵੀ ਇੱਕ ਅਸਲੀ ਵਸਤੂ ਨੂੰ ਲਿਖਤੀ ਸ਼ਬਦਾਂ ਨਾਲ ਮਲੋਣ ਵਿੱਚ ਉਹਨੂੰ ਮਦਦ ਮਿਲੂਗੀ ਜਿਹੜੀਆਂ ਚੀਜ਼ਾਂ ਲਿਖਤੀ ਸ਼ਬਦ ਉਹਦੇ ਉੱਤੇ ਲਿਖੇ ਗਏ ਆ ਠੀਕ ਐ ਜਿਵੇਂ ਮੰਨ ਲਓ ਆਪਾਂ ਕਹਿ ਦਈਏ ਕਿ ਕਿਸੇ ਵੀ ਕਿਸੇ ਵਸਤੂ ਦੇ ਉੱਤੇ ਜਿਹਕੇ ਲਿਖਿਆ ਹੋਇਆ ਚੇਅਰ ਤੇ ਕਿਸੇ ਵਸਤੂ ਦੇ ਉੱਪਰ ਜਿਵੇਂ ਲਿਖਿਆ ਹੋਇਆ ਟੇਬਲ ਤਾਂ ਇਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਕਿ ਇਹ ਮਲਾਉਣਾ ਠੀਕ ਹੈ ਤਾਂ ਬੱਚਾ ਕੀ ਕਰੂਗਾ ਕੁਰਸੀ ਤੇ ਜਿਹੜੀ ਕੀ ਹੈਗਿਆ ਮੇਜ਼ ਹੈਗਾ ਦੋਵਾਂ ਨੂੰ ਮਲਾਊਗਾ ਹਨਾ ਦੋ ਉਹੋ ਜੀਆਂ ਵਸਤੂਆਂ ਨੂੰ ਜੋੜੂਗਾ ਤਾਂ ਉਹਦੇ ਨਾਲ ਜਿਹੜਾ ਕਿ ਉਹਨੂੰ ਪਤਾ ਲੱਜੰਦਾ ਇੱਕ ਟੇਬਲ ਤੇ ਇੱਕ ਕੁਰਸੀ ਹਨਾ ਤਾਂ ਇਸ ਤਰੀਕੇ ਨਾਲ ਇਹ ਕਾਰਜ ਜਿਹੜਾ ਵੀ ਟੀਚਰ ਕਰਾ ਰਹੀ ਆ ਵਿਦਿਆਰਥੀਆਂ ਨੂੰ ਉਹਨਾਂ ਦੀ ਡੈਸ਼ ਸਮਰਧ ਕਰਨ ਵਿੱਚ ਮਦਦ ਮਿਲੂਗੀ ਠੀਕ ਹੈ ਕੀ ਕਰਨ ਵਿੱਚ ਮਦਦ ਮਿਲੂਗੀ ਇਹਦੇ ਨਾਲ ਬੱਚੇ ਦੇ ਕੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਬੱਚਾ ਜਿਹੜਾ ਕਿ ਵਿਆਕਰਨ ਸਿੱਖ ਰਿਹਾ ਜਾਂ ਸੈਕੰਡ ਉਹਦਾ ਲੇਖਨ ਕੋਸ਼ਲ ਠੀਕ ਹੈ ਜਾਨੀ ਕਿ ਰਾਈਟਿੰਗ ਸਕਿਲ ਇੰਪਰੂਵਮੈਂਟ ਹੋ ਰਹੀ ਆ ਥਰਡ ਹੈਗਾ ਸ਼ਬਦਾਵਲੀ ਉਹਨਾਂ ਦੀ ਵੱਧ ਰਹੀ ਆ ਤੇ ਫੋਰਥ ਹੈਗਾ ਲਿਖਾਈ ਉਹਨਾਂ ਦੀ ਵੱਧ ਰਹੀ ਆ ਜਾਨੀ ਕਿ ਰਾਈਟਿੰਗ ਤਾਂ ਜੇਕਰ ਇਹਦਾ ਰਾਈਟ ਆਨਸਰ ਹੈਗਾ ਸ਼ਬਦਾਵਲੀ ਆ ਵਸਤੂਆਂ ਦੇ ਉੱਤੇ ਨਾਮ ਲਿਖੇ ਗਏ ਆ ਬੱਚੇ ਜਿਹੜੇ ਕਿ ਆ ਵਸਤੂਆਂ ਦੇ ਨਾਮ ਤੋਂ ਉਸ ਚੀਜ਼ ਦੀ ਪਛਾਣ ਕਰ ਰਹੇ ਆ ਵੀ ਇਸ ਚੀਜ਼ ਨੂੰ ਇਹ ਕਹਿੰਦੇ ਆ ਠੀਕ ਹੈ ਤਾਂ ਇਹਦੇ ਨਾਲ ਉਹਨਾਂ ਦੀ ਵੋਕੈਬਲਰੀ ਜੇ ਆਪਾਂ ਕਹੀਏ ਉਹ ਜਿਹੜੀ ਕਿ ਇਨਕਰੀਜ਼ ਹੋ ਰਹੀ ਹੈ ਠੀਕ ਹੈ ਅਲੱਗ-ਅਲੱਗ ਸ਼ਬਦਾਂ ਦੇ ਬਾਰੇ ਉਹਨਾਂ ਨੂੰ ਪਤਾ ਲੱਗਦਾ ਜਾ ਰਿਹਾ ਹੈ ਨਾਲ ਨਾਲ ਉਹ ਐਕਟੀਵਿਟੀ ਕਰ ਰਹੇ ਆ ਤੇ ਨਾਲੇ ਉਹਨਾਂ ਦੇ ਅਰਥ ਸਮਝ ਆ ਰਹੇ ਆ ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਆ ਕਿ ਦਾ ਜੇਕਰ ਰਾਈਟ ਆਨਸਰ ਬੰਦਾ ਹੈਗਾ ਉਹ ਹੈਗਾ ਜੀ 3rd ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਕਰ ਲੈਂਦੇ ਆ ਹੇਠ ਲਿਖਿਆ ਵਿੱਚ ਕਿਹੜਾ ਇੱਕ ਬੱਚੇ ਦੀ ਭਾਸ਼ਾਈ ਸਮਰੱਥਾ ਦਾ ਆਂਕਲਨ ਕਰਨ ਵਿੱਚ ਘੱਟ ਅਸਰਦਾਰ ਹੈ ਠੀਕ ਹੈ ਦੇਖ ਲਓ ਘੱਟ ਅਸਰਦਾਰ ਇਹ ਚੀਜ਼ਾਂ ਕੁਐਸਚਨ 'ਚ ਜ਼ਰੂਰ ਧਿਆਨ ਰੱਖਣੀਆਂ ਹੈਗੀਆਂ ਕੀ ਕਰਨਾ ਹੈਗਾ ਬੱਚੇ ਦੀ ਭਾਸ਼ਾਈ ਯਾਨੀ ਕਿ ਲੈਂਗੁਏਜ ਦਾ ਅਸੀਂ ਆਂਕਲਨ ਕਰਨਾ ਫਸਟ ਹੈ ਕਹਾਣੀ ਸੁਣਾਉਣੀ ਠੀਕ ਹੈ ਕੀ ਕਹਾਣੀ ਸੁਣਾਉਣ ਨਾਲ ਤੁਹਾਨੂੰ ਲੱਗਦਾ ਹੈ ਵੀ ਬੱਚੇ ਦੀ ਅਸੀਂ ਭਾਸ਼ਾ ਸਮਰੱਥਾ ਦਾ ਆਂਕਲਨ ਕਰ ਸਕਦੇ ਹਾਂ ਸੈਕਿੰਡ ਹੈ ਕਹਾਣੀ ਲਿਖ ਲੇਖਣਾ ਥਰਡ ਹੈ ਕਿਸੇ ਘਟਨਾ ਦਾ ਵੇਰਵਾ ਦੇਣਾ ਜਾਂ ਫੋਰਥ ਹੈਗਾ ਸੁਲੇਖ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਫੋਰਥ ਸੁਲੇਖ ਠੀਕ ਹੈ ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਜੇਕਰ ਘਟ ਅਸਰਦਾਰ ਹੈਗਾ ਤਾਂ ਉਹ ਹੋਏਗਾ ਸੁਲੇਖ ਕਹਾਣੀ ਸੁਣਾਉਣੀ ਵਿਚ ਅਸੀਂ ਬੱਚੇ ਦਾ ਜਿਹੜਾ ਕੀ ਆ ਜੇਕਰ ਬੱਚੇ ਨੂੰ ਅਸੀਂ ਕਹਾਣੀ ਸੁਣਾਤੀ ਉਸ ਤੋਂ ਬਾਅਦ ਕਹਾਣੀ ਪੁੱਛੀ ਜਾਊਗੀ ਇਹਦੇ ਵਿੱਚ ਅਸੀਂ ਬੱਚੇ ਦਾ ਜਿਹੜਾ ਕੀ ਆਂਕਲਨ ਕਰ ਸਕਦੇ ਆ ਕਹਾਣੀ ਜੇਕਰ ਸੁਣਾ ਕੇ ਉਹਨੂੰ ਲਿਖਣ ਲਈ ਕਿਹਾ ਜਾਵੇ ਤਾਂ ਇਹਦੇ ਵਿੱਚ ਵੀ ਆਂਕਲਨ ਹੁੰਦਾ ਕਿਸੇ ਘਟਨਾ ਦਾ ਵੀਰਵਾ ਹਨਾ ਦੇਖ ਕੇ ਬੱਚਾ ਦੱਸਦਾ ਆਪਣੀ ਅੱਖੀ ਜਿਹੜੀ ਚੀਜ਼ ਦੇਖੀ ਹੁੰਦੀ ਆ ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਆ ਕਿ ਇਨ੍ਹਾਂ ਚੀਜ਼ਾਂ ਨਾਲ ਅਸੀਂ ਉਹਦਾ ਆਂਕਲਨ ਕਰ ਸਕਦੇ ਆ ਭਟ ਜੇਕਰ ਬਹੁਤ ਘੱਟ ਹੁੰਦਾ ਉਹ ਹੁੰਦਾ ਸੁਲੇਖ ਠੀਕ ਹੈ ਨੈਕਸਟ ਕੁਐਸਚਨ ਦੀ ਗੱਲ ਲੰਨੇ ਆ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸ਼ਨ ਵਿਦਿਆਰਥੀਆਂ ਵਿੱਚ ਭਾਸ਼ਾਈ ਯੋਗਤਾ ਵਧਾਉਣ ਲਈ ਵਧੇਰੇ ਸਹਾਇਕ ਹੈ ਠੀਕ ਹੈ ਜਾਣੇ ਕੀ ਆਪਾਂ ਕੀ ਕਰਨਾ ਹੈ ਫਸਟ ਹੈਗਾ ਆਪਣੀ ਮਨਪਸੰਦ ਕਿਤਾਬਾਂ ਦੇ ਨਾਂ ਦੱਸੋ ਕੀ ਕਰਨਾ ਆਪਾਂ ਬੱਚੇ ਵਿੱਚ ਭਾਸ਼ਾਈ ਯੋਗਤਾ ਵਧਾਉਣੀ ਹੈ ਠੀਕ ਹੈ ਲੈਂਗੁਏਜ ਸਕਿੱਲ ਨੂੰ ਵਧਾਉਣਾ ਤਾਂ ਅਸੀਂ ਕਿਵੇਂ ਵਧਾ ਸਕਦੇ ਕਿਹੜੀ ਸਭ ਤੋਂ ਵਧੀਆ ਤਰੀਕਾ ਜਿਹੜੀ ਕਿ ਹੈਲਪ ਕਰੂਗੀ ਬੱਚੇ ਵਿੱਚ ਭਾਸ਼ਾ ਵਿਕਾਸ ਕਰਨ ਲਈ ਤਾਂ ਫਰਸਟ ਜੇਕਰ ਆਪਾਂ ਗੱਲ ਕਰੀਏ ਕਿ ਉਹਨੂੰ ਮਨਪਸੰਦ ਕਿਤਾਬਾਂ ਦੇ ਨਾਂ ਦੱਸਣ ਲਈ ਕਵਾਂਗੇ ਠੀਕ ਹੈ ਸੈਕੰਡ ਹੈ ਪਹਿਲ ਸ਼ਬਦ ਦੀ ਵਰਤੋਂ ਕਰਦੇ ਹੋਏ ਇੱਕ ਵਾਕ ਬਣਾਉਣ ਨੂੰ ਕਵਾਂਗੇ ਥਰਡ ਹੈ ਤੁਹਾਡੇ ਤੇ ਤੁਹਾਡੀ ਮਾਂ ਦੇ ਵਿਚਕਾਰ ਇੱਕ ਸੰਵਾਦ ਲਿਖੋ ਫੋਰਥ ਹੈ ਤੁਹਾਡੇ ਵੱਲੋਂ ਪੜੀ ਗਈ ਕਵਿਤਾ ਦੇ ਕਵੀ ਦਾ ਨਾਂ ਲਿਖੋ ਠੀਕ ਹੈ ਤਾਂ ਜੇਕਰ ਇਹਦਾ ਰਾਈਟ ਆਨਸਰ ਹੈਗਾ ਬੱਚੇ ਵਿੱਚ ਸੀ ਭਾਸ਼ਾਈ ਯੋਗਤਾ ਦਾ ਵਿਕਾਸ ਕਰਨਾ ਤਾਂ ਉਹ ਹੈਗਾ ਜੀ ਤੁਹਾਡੇ ਤੇ ਤੁਹਾਡੀ ماں ਵਿਚਕਾਰ ਇੱਕ ਸੰਵਾਦ ਲਿਖਨ ਨੂੰ ਸੰਵਾਦ ਕੀ ਹੁੰਦੇ ਡਾਇਲੋਗ ਲਿਖਨ ਨੂੰ ਕਹੋਂਗੇ ਕਿ ਤੁਹਾਡੀ ਰੋਜ਼ ਦੀ ਕੀ ਗੱਲਬਾਤ ਹੁੰਦੀ ਹੈ ਆਪਣੀ ਮੰਮੀ ਦੇ ਨਾਲ ਜਾਂ ਆਪਣੀ ਮਦਰ ਦੇ ਨਾਲ ਠੀਕ ਹੈ ਤਾਂ ਇਹ ਬੱਚਾ ਜਿਹੜਾ ਕਿ ਇਹ ਨੇਚਰਲੀ ਵੇ ਨਾਲ ਵੀ ਦੱਸੂਗਾ ਕਿ ਅੱਜ ਮੇਰੀ ਮਦਰ ਦੇ ਨਾਲ ਇਹ ਗੱਲ ਹੋਈ ਮੇਰੇ ਨਾਲ ਹਨਾ ਤੇ ਇਹ ਇੱਕ ਭਾਸ਼ਾ ਯੋਗਤਾ ਨੂੰ ਵਧਾਉਣ ਵਿੱਚ ਇੱਕ ਸਹਾਇਕ ਸਿੱਧ ਹੋਊਗੀ ਕਿਉਂਕਿ ਇਹ ਨੇਚਰਲੀ ਵੇ ਨਾਲ ਚੀਜ਼ ਆ ਠੀਕ ਹੈ ਜੇਕਰ ਆਪਾਂ ਉਹਨੂੰ ਕਹੀਏ ਵੀ ਤੂੰ ਆਪਣੇ ਮਨਪਸੰਦ ਕਿਤਾਬਾਂ ਦੇ ਨਾਮ ਦੱਸ ਦੇ ਇਹਦੇ ਨਾਲ ਭਾਸ਼ਾ ਯੋਗਤਾ ਦਾ ਵਿਕਾਸ ਇੰਨਾ ਨਹੀਂ ਹੋਊਗਾ ਪਹਿਰ ਸ਼ਬਦੀ ਵਰਤੋ ਕਰਕੇ ਉਹਨੂੰ ਵਾਕ ਬਣਾਓ ਨੂੰ ਕਵਾਂਗੇ ਇਹਦੇ ਨਾਲ ਭਾਸ਼ਾ ਦਾ ਵਿਕਾਸ ਨਹੀਂ ਹੋਣਾ ਤੁਹਾਡੇ ਵੱਲੋਂ ਪੜੀ ਗਈ ਕਵਿਤਾ ਦੇ ਕਵੀ ਦਾ ਨਾਮ ਦੱਸਣ ਨੂੰ ਲਿਖਣ ਨੂੰ ਕਹੋਗੇ ਤਾਂ ਇਹਦੇ ਨਾਲ ਨਹੀਂ ਹੋਗਾ ਸਭ ਤੋਂ ਜ਼ਿਆਦਾ ਜੇਕਰ ਸਟਰੋਂਗ ਪੁਆਇੰਟ ਹੈਗਾ ਉਹ ਹੈਗੇ ਪਾਠਸ਼ਾ ਯੋਗਤਾ ਨੂੰ ਵਧਾਉਣ ਲਈ ਜੇਕਰ ਸਭ ਤੋਂ ਬੈਸਟ ਮੈਥਡ ਹੈਗਾ ਤਾਂ ਬੱਚੇ ਨੂੰ ਨੇਚਰਲੀ ਜੀ ਨਾਲ ਉਹ ਚੀਜ਼ਾਂ ਪੁੱਛਿਆ ਜਾਣ ਜੋ ਉਹਦੇ ਘਰ ਨਾਲ ਰਿਲੇਟਡ ਹੋਣ ਜਾਂ ਜੋ ਪਰਸਨ ਉਹਦੇ ਨਾਲ ਬਹੁਤ ਕਲੋਜ਼ ਹੋਵੇ ਜਿਵੇਂ ਉਹਦੀ ਮਦਰ ਤਾਂ ਉਹਦੇ ਵਿੱਚ ਜੋ ਵੀ ਗੱਲਬਾਤ ਹੁੰਦੀ ਆ ਠੀਕ ਹੈ ਉਹਨਾਂ ਦੇ ਬਾਰੇ ਜਾਣਨਾ ਠੀਕ ਹੈ ਤਾਂ ਇਸ ਤਰੀਕੇ ਨਾਲ ਇਹ ਇਹਦਾ ਜਿਹੜਾ ਕਿ ਰਾਈਟ ਆਨਸਰ ਸੀ ਤਾਂ ਅੱਜ ਆਪਾਂ ਡਿਸਕਸ ਕੀਤਾ ਜੀ ਪੇਪਰ 1 ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਮੈਨੂੰ ਕਮੈਂਟਸ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ